अमृत मन ते डारन काम क्रोध लोभ रत निंदा सत संतोख बिदारन इन ते काढ़ ले हो मेरे स्वामी हार परे तुम सारन नानक की बेनंती प्रप है साध संग रंक तारन कृपा करो दीन के दाते मेरा गुण अवगुण ना विचारो कोई माटी का क्या धोपै स्वामी मानस की गत यही बाणी गुरु गुरु है बाणी विच बाणी अमृत सारे गुरबाणी कहे सेवक जन मानै परतख गुरु निस्तारे श्री वाहिगुरु साहिब जीओ नाम काम विहीन पेखत ताम हू नह जाहि सर्व मान सर्वत्र मान सदैव मानत ताहि नाम काम विहीन पेखत ताम हू नह जाहि परम सम्मान योग गुरु रूप खालसा साध संगत जीओ सिमर फतेह प्रवान करो जी वाहेगुरु जी का खालसा वाहेगुरु जी की फतेह। आप सरबत संगत बड़े प्रेम दे नाल महापुरशां दे पवित्र स्थान उपर हर शनिवार श्री जाप साहिब जी की कथा श्रवण करते आ रहे हो। सतगुरु जी की कृपा सदका 80 पौड़ियां तक कथा हो चुकी है। उस तो अगे जिवें कलगीधर स्वामी अमृत के दाते पंथ दे वाली धन गुरु गोबिंद सिंह महाराज कृपा करते ने, आओ बड़े प्रेम दे नाल सुन दा जतन करिए। सतगुरु जी फुरमा रहे हन श्री वाहिगुरु साहिब जीओ नाम काम विहीन पेखत ताम हू नह जाहि। सच्चे पातशाह फरमाउंदे ने कि हे वाहिगुरु परमेश्वर जी हे अकाल पुरख जी आप नाम तो रह तो काम कामनावां तो रह तो इशावां तो रह तो बहीन पेखत तानू रहत वेख्या जांदा है। ताम हू नह जाहे और आप जी का कोई विशेष खास ताम घर भी नहीं है। भावे के आप नू नाम की इच्छा नहीं भावे के आप जी नू कोई काम मतलब नहीं कोई लोभ नहीं कोई लालच नहीं कोई कामना नहीं कोई इच्छा नहीं इन्हां सब तो आप रहत देखे जांदे हन इन्हां तो बहीन हो पर फिर भी आप दृष्टा स्वरूप होके इस संसार रूप लीला नू देखदे क्यों पेखत दा अर्थ हुंदा देखना ते देखण वाला हमेशा वख हुंदा है जो देखण चाहुंदा है वो की है दृश्य
ਦੇਖਣ ਵਾਲੇ ਨੂੰ ਕਹਿੰਦੇ ਦ੍ਰਿਸ਼ਟਾ। ਤਾਂ ਜਿਹੜੀ ਚੀਜ਼ ਵੀ ਦਿਸਣ ਚ ਆ ਰਹੀ ਹੈ ਉਹ ਸਾਡੇ ਨਾਲੋਂ ਵੱਖਰੀ ਹੈ, ਇਹ ਨਿਯਮ ਹੈ ਵਿਦਾਂਤ ਦਾ। ਜਦੋਂ ਵਿਦਾਂਤ ਪੜ੍ਹਾਉਂਦੇ ਆ ਮਹਾਂਪੁਰਸ਼ ਪ੍ਰਕਿਰਿਆ ਸਮਝਾਉਂਦੇ ਨੇ ਤਾਂ ਪ੍ਰਕਿਰਿਆ ਕੀ ਹੈ ਵੀ ਦੇਖਣ ਵਾਲਾ। ਬਸ ਹੁਣ ਦੇਖੋ ਆਪਾਂ ਦੁਨੀਆਂ ਦੇਖਦੇ ਹਾਂ ਇਹਦਾ ਮਤਲਬ ਦੁਨੀਆਂ ਤੋਂ ਵੱਖਰੇ। ਫਿਰ ਉਹ ਕਹਿੰਦੇ ਦੁਨੀਆਂ ਦਿਸਣ ਚ ਆ ਰਹੀ ਆ ਤੇ ਇਹਦਾ ਮਤਲਬ ਤੇਰੇ ਨਾਲੋਂ ਵੱਖਰੀ ਹੈ। ਤਾਂ ਜਿਹੜੀ ਚੀਜ਼ ਵੱਖਰੀ ਹੈ ਤੇਰੇ ਨਾਲ ਉਹਦਾ ਅਸਰ ਕਿਉਂ ਕਬੂਲਦਾ ਪਿਆ ਵਾ, ਇਹ ਗੱਲ ਸਮਝ ਚ ਨਹੀਂ ਆਉਂਦੀ ਹਨਾ। ਵੀ ਦੁਨੀਆਂ ਜਦੋਂ ਵੱਖਰੀ ਆ ਦਿਸਣ ਚ ਆਉਂਦੀ ਆ, ਦਿਸਣ ਵਾਲੀ ਚੀਜ਼ ਵੱਖਰੀ ਹੁੰਦੀ ਆ ਦੇਖਣ ਵਾਲੇ ਨਾਲ, ਤਾਂ ਫਿਰ ਦੁਨੀਆਂ ਦਾ ਅਸਰ ਕਿਉਂ ਪੈਂਦਾ ਹੈ ਸਾਡੇ ਉੱਤੇ? ਤਾਂ ਇਹ ਕੀ ਆ ਸਾਡਾ ਜਨਮਾਂ ਜਨਮਾਂ ਦਾ ਅਭਿਆਸ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖੰਨਲੀ ਧੋਤੀ ਉਜਲੀ ਨਾ ਹੋ ਗਈ ਜੇ ਸੌ ਧੋਵਣ ਪਾ। ਚਲੋ ਦੁਨੀਆਂ ਦੀ ਗੱਲ ਛੱਡੋ, ਫਿਰ ਉਹ ਕਹਿੰਦੇ ਆਪਦੇ ਸਰੀਰ ਵੱਲ ਦੇਖ, ਸਰੀਰ ਦੇਖਣ ਚਾਹੁੰਦਾ, ਹੱਥ ਪੈਰ ਸਭ ਕੁਝ ਦੇਖਣ ਚਾਹੁੰਦਾ। ਤਾਂ ਜਿਹੜੀ ਚੀਜ਼ ਦੇਖਣ ਚਾਹੁੰਦੀ ਵੱਖਰੀ, ਇਹਦਾ ਮਤਲਬ ਸਰੀਰ ਤੇਰੇ ਨਾਲੋਂ ਵੱਖਰਾ। ਉਹ ਫਿਰ ਕਹਿੰਦੇ ਸਰੀਰ ਦੀ ਗੱਲ ਨੀ, ਸਰੀਰ ਤੋਂ ਵੀ ਅੱਗੇ ਤੁਰ। ਹੁਣ ਸਰੀਰ ਤੋਂ ਅੱਗੇ ਕੀ ਆ? ਮਨ। ਮਨ ਦੇਖਣ ਚਾਹੁੰਦਾ, ਮਨ ਦੇ ਖਿਆਲ ਦੇਖਣ ਚਾਹੁੰਦੇ ਆ ਵੀ ਹੁਣ ਮੈਂ ਖੁਸ਼ ਹਾਂ, ਹੁਣ ਮੈਂ ਦੁਖੀ ਹਾਂ, ਹੁਣ ਮੈਨੂੰ ਚਿੰਤਾ ਵਿਆਪ ਰਹੀ ਹੈ। ਤਾਂ ਮਨ ਵੈਸੇ ਕੋਈ ਚੀਜ਼ ਨਹੀਂ ਹੈ, ਮਨ ਦਾ ਅਰਥ ਹੈ ਖਿਆਲ। ਤਾਂ ਖਿਆਲਾਂ ਨੂੰ ਕੌਣ ਦੇਖਦਾ ਪਿਆ? ਤਾਂ ਜਦੋਂ ਸਾਡੇ ਅੰਦਰ ਖਿਆਲ ਆਉਂਦੇ ਆ, ਜਦੋਂ ਚੰਗੇ ਚੱਲਣ ਉਹ ਵੀ ਸਾਨੂੰ ਪਤਾ ਹੈ, ਮਾੜੇ ਚੱਲਣ ਉਹ ਵੀ ਸਾਨੂੰ ਪਤਾ, ਇਹਦਾ ਮਤਲਬ ਖਿਆਲ ਮਨ ਵੀ ਦਿਖਣ ਚ ਆਉਂਦਾ। ਇਸ ਕਰਕੇ ਮਨ ਵੀ ਨਹੀਂ, ਮਨ ਤੋਂ ਵੀ ਪਾਸੇ। ਤਾਂ ਪੇਖਤ ਦਾ ਅਰਥ ਹੁੰਦਾ ਦੇਖਣ ਵਾਲਾ। ਪਰਮਾਤਮਾ ਸੰਸਾਰ ਨੂੰ ਦੇਖਦਾ ਹੈ, ਭਾਵੇਂ ਕਿ ਨਾਮ ਨਹੀਂ, ਕਾਮਨਾ ਕੋਈ ਨਹੀਂ, ਘਰ ਕੋਈ ਵਿਸ਼ੇਸ਼ ਥਾਂ ਨਹੀਂ ਉਹਨਾਂ ਦਾ, ਪਰ ਫਿਰ ਵੀ ਦ੍ਰਿਸ਼ਟਾ ਹੋ ਕੇ ਦੇਖਦਾ, ਨਿਰਲੇਪ ਹੋ ਕੇ ਦੇਖਦਾ। ਜਿਵੇਂ ਸ਼ੇਰ ਦੇ ਜਾਂ ਹਾਥੀ ਦੇ ਅੱਗੇ ਖਲੋਈਏ ਤੇ ਅਗਲਾ ਪਾਸਾ ਦੇਖਦਾ, ਪਿੱਛੇ ਖਲੋਈਏ ਤੇ ਪਿਛਲਾ ਪਾਸਾ ਦੇਖਦਾ, ਹਾਥੀ ਦੀ ਸਾਈਡ ਤੇ ਖਲੋਈਏ, ਲਾਗੇ ਖਲੋਈਏ ਤੇ ਸਾਈਡ ਦੇਖਦੀ ਹੈ, ਪੂਰਾ ਹਾਥੀ ਨਹੀਂ ਦਿਖੇਗਾ। ਪੂਰਾ ਹਾਥੀ ਕਿਹਨੂੰ ਦਿਖੇਗਾ? ਜਿਹੜਾ ਹਾਥੀ ਤੋਂ ਪਾਸੇ ਹੋ ਕੇ ਦੇਖੇਗਾ। ਪਿੱਛੇ ਹੋ ਜਾਓ, ਪਛਾਂ ਹੋ ਕੇ ਦੇਖੋ, ਸਾਰਾ ਹਾਥੀ ਦਿਖੂ। ਇਸੇ ਤਰ੍ਹਾਂ ਜਿੰਨਾ ਚਿਰ ਪਿੱਛੇ ਨਹੀਂ ਨਾ ਹੁੰਦਾ ਦੁਨੀਆਂ ਤੋਂ, ਸੁੱਖ ਦੁੱਖ ਤੋਂ, ਉਹਨਾਂ ਚਿਰ ਸੁੱਖ ਦੁੱਖ ਦੀ ਅਸਲੀਅਤ ਜਿਹੜੀ ਹੈ ਉਹ ਸਮਝ ਨਹੀਂ ਆਉਂਦੀ। ਉਹਨੂੰ ਕਹਿੰਦੇ ਦ੍ਰਿਸ਼ਟਾ, ਜਿਹੜਾ ਦੇਖਣ ਵਾਲਾ ਹੈ, ਜਿਹੜਾ ਵੱਖ ਹੈ। ਤਾਂ ਹੇ ਪ੍ਰਭੂ, ਤੂੰ ਵੇਖਣ ਵਾਲਾ ਹੈ, ਦ੍ਰਿਸ਼ਟਾ ਹੈ, ਔਰ ਇਸ ਸੰਸਾਰ ਰੂਪੀ ਲੀਲਾ ਨੂੰ ਦੇਖਦਾ ਹੈ, ਔਰ ਇਸ ਸੰਸਾਰ ਦੀ ਲੀਲਾ ਨੂੰ ਦੇਖਦਾ ਹੋਇਆ ਵੀ ਨਿਰਲੇਪ ਰਹਿਣਾ ਹੈ। ਸਰਬਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੀ। ਸਰਬਮਾਨ, ਪਿੱਛੇ ਵੀ ਸਾਰੇ ਆਪ ਜੀ ਨੂੰ ਮੰਨਦੇ ਸੀ। ਸਰਬਤਰ ਮਾਨ, ਹੁਣ ਵੀ ਸਾਰੇ ਆਪ ਜੀ ਨੂੰ ਹੀ ਮੰਨਦੇ ਆ। ਸਦੈਵ ਮਾਨਤ ਤਾਹੇ, ਤੇ ਆਉਣ ਵਾਲੇ ਸਮੇਂ ਚ ਹਮੇਸ਼ਾ ਸਦਾ ਉਸ ਵਾਹਿਗੁਰੂ ਨੂੰ ਹੀ ਮੰਨਿਆ ਜਾਵੇਗਾ, ਪੂਜਿਆ ਜਾਵੇਗਾ, ਉਸ ਵਾਹਿਗੁਰੂ ਦੇ ਹੀ ਚਰਨਾਂ ਦੀ ਆਰਾਧਨਾ ਹੋਵੇਗੀ, ਕਿਸੇ ਰੂਪ ਦੇ ਵਿੱਚ ਹੋਵੇ ਜਾਂ ਸਰਬਮਾਨ। ਸਾਰੇ ਆਪ ਜੀ ਨੂੰ ਮੰਨਦੇ ਨੇ, ਸਰਬੱਤਰ ਮਾਨ, ਤਾਂਹੀਓ ਸਾਰਿਆਂ ਨੂੰ ਮਾਣ ਪ੍ਰਾਪਤ ਹੁੰਦਾ ਹੈ, ਸਤਿਕਾਰ ਪ੍ਰਾਪਤ ਹੁੰਦਾ ਹੈ। ਸਦ ਏਵ, ਏਵ ਮੈਨੇ ਨਿਸ਼ਚੇ ਕਰਕੇ, ਇਸ ਕਰਕੇ ਅਸੀਂ ਵੀ ਆਪ ਜੀ ਨੂੰ ਹੀ ਮੰਨਦੇ, ਕਿਉਂਕਿ ਜਿਨ੍ਹਾਂ ਨੇ ਵੀ ਤੈਨੂੰ ਮੰਨਿਆ ਹੈ, ਜਿਨੇ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ,
ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ, ਸਤਿਕਾਰ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਨੇ ਕਿ ਜੇ ਮੰਨਣਾ ਵਾ ਤੇ ਰੱਬ ਨੂੰ ਹੀ ਮੰਨ, ਜਿਹਨੂੰ ਪਹਿਲਾਂ ਸਾਰੇ ਮੰਨਦੇ ਸੀ, ਜਿਹਨੂੰ ਹੁਣ ਸਾਰੇ ਮੰਨਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਹਨੂੰ ਸਾਰੇ ਮੰਨਣ। ਜਿਵੇਂ ਇੱਕ ਬੜੇ ਵੱਡੇ ਮਹਾਂਪੁਰਸ਼ ਹੋਏ ਜਲਾਲੂਦੀਨ ਰੂਮੀ ਸਾਹਿਬ, ਸਾਡੇ ਮਨ ਦੇ ਵਿੱਚ ਕਈ ਵਾਰੀ ਪ੍ਰਸ਼ਨ ਆ ਜਾਂਦਾ ਹੈ ਵੀ ਪਾਠ ਰੋਜ਼ ਕਰਨ ਦਾ ਕੀ ਲਾਭ ਹੈ, ਸੇਵਾ ਸਿਮਰਨ ਰੋਜ਼ ਕਰਨ ਦਾ ਕੀ ਲਾਭ ਹੈ, ਇਹ ਟਾਈਮ ਵੇਸਟ ਨਹੀਂ ਹੈ, ਸ਼ਕਤੀ ਦਾ ਖਪਾ ਨਹੀਂ, ਐਨਰਜੀ ਵੇਸਟ ਨਹੀਂ ਹੈ, ਰੋਜ਼ ਉਹੋ ਕੰਮ ਮੁੜ ਮੁੜ ਕਰੀ ਜਾਓ ਤੁਸੀਂ, ਉਹ ਨਵਾਂ ਕਰੋ, ਨਵੇਂ 'ਚ ਸਵਾਦ ਰਹਿੰਦਾ ਹੈ। ਤਾਂ ਸਾਡੇ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਰੋਜ਼ ਉਹੋ ਹੀ ਪਾਠ ਕਰੀ ਜਾਂਦੇ, ਰੋਜ਼ ਉਹੋ ਹੀ ਜਪਜੀ ਸਾਹਿਬ ਪੜ੍ਹੀ ਜਾਂਦੇ, ਰੋਜ਼ ਉਹੋ ਹੀ ਜਾਪ ਸਾਹਿਬ ਪੜ੍ਹੀ ਜਾਂਦੇ, ਰੋਜ਼ ਉਹੋ ਹੀ ਸਵਈਏ ਪੜ੍ਹੀ ਜਾਂਦੇ ਆ, ਤੇ ਕਈ ਤੇ ਮੇਰੇ ਵਰਗੇ ਏਡੇ ਆਲਸੀ ਆ ਉਹਨਾਂ ਨੂੰ ਆਨੰਦ ਸਾਹਿਬ ਦੀਆਂ 40 ਪੌੜੀਆਂ ਵੀ ਪਹਾੜ ਲੱਗਦੀਆਂ, ਹੇਮਕੁੰਟ ਦੀ ਘਾਟੀ ਚੜ੍ਹਨ ਲੱਗਿਆ ਇੰਨਾ ਡਰ ਲੱਗਦਾ ਹੈ ਵੀ ਉਹ ਕਹਿੰਦੇ ਆ ਵੀ 5-6 ਨਾਲ ਗੁਜ਼ਾਰਾ ਨਹੀਂ ਚੱਲੂਗਾ। ਤਾਂ ਇਹ ਸਵਾਲ ਮੁੜ ਮੁੜ ਪੈਦਾ ਹੁੰਦਾ। ਇੱਕ ਸੱਜਣ ਸੀ, ਉਹਨੇ ਸਵਾਲ ਕੀਤਾ, ਤਾਂ ਬੜੇ ਪ੍ਰਸਿੱਧ ਮਹਾਤਮਾ ਹੋਏ ਨੇ ਜਲਾਲੂਦੀਨ ਰੂਮੀ ਸਾਹਿਬ, ਉਹ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਇੱਕ ਖੇਤ ਦੇ ਵਿੱਚ ਗਏ, ਤੇ ਖੇਤ ਜਿਹੜਾ ਸਾਰਾ ਖੂਹਾਂ ਦੇ ਨਾਲ ਪੁੱਟ ਪੁੱਟ ਕੇ ਭਰਿਆ ਵਾ, 8 ਖੂਹ ਪੁੱਟੇ ਉਸ ਖੇਤ ਵਿੱਚ ਕਿਸਾਨ ਨੇ, ਜ਼ਿਮੀਦਾਰ। ਉਹ ਪਾਣੀ ਦੀ ਪ੍ਰਾਪਤੀ ਕਰਨ ਵਾਸਤੇ ਇੱਕ ਖੂਹ ਪੁੱਟਦਾ ਹੈ, ਤੇ ਜਦੋਂ 20 ਫੁੱਟ ਤੇ ਜਾਂਦਾ ਵਾ ਤੇ ਪੁੱਟਣਾ ਛੱਡ ਦਿੰਦਾ, ਕਹਿੰਦਾ ਪਾਣੀ ਨਹੀਂ ਨਿਕਲਦਾ। ਫਿਰ ਉਹ ਦੂਜੇ ਥਾਂ ਉਸੇ ਖੇਤ ਵਿੱਚ ਖੂਹ ਪੱਟਦਾ। ਇਸ ਤਰ੍ਹਾਂ ਉਹਨੇ 8 ਖੂਹ ਪੁੱਟੇ ਤੇ 8 ਦੇ ਵਿੱਚੋਂ ਪਾਣੀ ਨਹੀਂ ਪ੍ਰਾਪਤ ਹੋਇਆ, ਤਾਂ ਰੂਮੀ ਸਾਹਿਬ ਕਹਿੰਦੇ ਸਾਰਾ ਖੇਤ ਹੀ ਖਰਾਬ ਕਰਤਾ, ਵਿਅਰਥ ਗਿਆ, ਮਿਹਨਤ ਕਿੰਨੀ ਕੀਤੀ ਹੋਊਗੀ ਉਸ ਬੰਦੇ। 8 ਖੂਹ 20-20 ਫੁੱਟ ਦੇ ਪੁੱਟੇ, ਪਰ ਪਾਣੀ ਦੀ ਪ੍ਰਾਪਤੀ ਤੋਂ ਬਿਨਾਂ ਤੇ ਸਭ ਵਿਅਰਥ ਹੀ ਹੈ ਨਾ। ਤਾਂ ਜਲਾਲੂਦੀਨ ਰੂਮੀ ਸਾਹਿਬ ਆਪਣੇ ਵਿਦਿਆਰਥੀਆਂ ਨੂੰ ਕਹਿਣ ਲੱਗੇ, 8 ਨੂੰ 20 ਦੇ ਨਾਲ ਕਰੋ ਕਿੰਨਾ, 160 ਫੁੱਟ। ਜੇ 160 ਫੁੱਟ ਇੱਕ ਜਗ੍ਹਾ ਤੇ ਪੁੱਟਿਆ ਹੁੰਦਾ ਤਾਂ ਪਾਣੀ ਜ਼ਰੂਰ ਮਿਲਣਾ, ਇੱਕ ਜਗ੍ਹਾ ਤੇ ਮਿਹਨਤ ਲਾਈ ਹੁੰਦੀ। ਇਸੇ ਤਰ੍ਹਾਂ ਆਪਣੇ ਵਿਦਿਆਰਥੀਆਂ ਨੂੰ ਕਹਿਣ ਲੱਗੇ, ਆਪਾਂ ਵੀ ਤੇ ਇੱਦਾਂ ਹੀ ਕਰਦੇ ਆ, ਕਿਤੇ ਕਿਤੇ ਚਾਅ ਪੈਦਾ ਹੁੰਦਾ ਪਾਠ ਸ਼ੁਰੂ ਕਰ ਦੇਈਦਾ, ਹੁਣ ਨਾ ਮੈਂ ਪਾਠ ਕਰਿਆ ਕਰਨਾ ਰੋਜ਼ ਕਰੀਦਾ ਵਾ 10-15 ਦਿਨ, ਚੱਲ ਮੇਰੇ ਭਾਈ ਉਹ ਜਿਹੜੀ ਅੱਗ ਜੀ ਲੱਗੀ ਹੁੰਦੀ ਹੈ ਨਾ, ਚਾਅ ਜਿਹਾ ਚੜਿਆ ਹੁੰਦਾ, ਉਹ 15-20 ਦਿਨਾਂ ਸਮਾਪਤ ਹੋ ਜਾਂਦਾ, ਫਿਰ ਕਿਤੇ ਚਾਅ ਜਿਹਾ ਆਉਂਦਾ ਵੀ ਹੁਣ ਸੁਗੁਣੀ ਸਾਹਿਬ ਕਰਿਆ ਕਰਨਾ ਨਾ ਰੋਜ਼। ਇਹ ਕੀ ਆ, ਖੂਹ ਪੁੱਟਣੇ ਤੇ ਸ਼ੁਰੂ ਕੀਤੇ ਪਾਣੀ ਵਾਸਤੇ, ਪਰਮੇਸ਼ਰ ਵਾਸਤੇ, ਪਰ ਛੱਡ ਵਿੱਚ ਹੀ ਦਿੱਤੇ। ਪਰ ਜੇ ਕਿਤੇ ਇੱਕ ਕੰਮ ਨੂੰ ਬੰਦਾ ਲੱਗਾ ਰਹੇ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹੋ ਮੰਤਰ ਪੀਏ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਜੇ ਹਰ ਰੋਜ਼ ਇਹਨੂੰ ਲੱਗੇ ਰਹਿੰਦੇ ਬਿਨਾਂ ਨਾਗਾ ਕਰਦੇ, ਤਾਂ ਜਿਵੇਂ ਉਸ ਜ਼ਿਮੀਦਾਰ ਨੇ ਖੂਹ ਤੇ ਬੜੇ ਪੱਟੇ ਪਰ ਮਿਹਨਤ ਵਿਅਰਥ ਗਈ, ਇੱਦਾਂ ਕਦੀ ਕਰ ਲਿਆ ਫਿਰ ਛੱਡਤਾ, ਫਿਰ ਕਰ ਲਿਆ ਫਿਰ ਛੱਡਤਾ, ਤਾਂ ਕਹਿੰਦੇ ਮਿਹਨਤ ਵੀ ਵਿਅਰਥ ਜਾਵੇਗੀ ਤੇ ਮਿਲਣਾ ਵੀ ਕੱਖ ਨਹੀਂ। ਇੱਕ ਜਗ੍ਹਾ ਲੱਗਾ ਰਹੇ, ਇੱਕ ਨੂੰ ਹੀ ਮੰਨੇ, ਪਰਮੇਸ਼ਰ ਵਾਹਿਗੁਰੂ ਨੂੰ ਹੀ ਮੰਨੇ, ਨਹੀਂ ਤੇ ਫਿਰ ਸੋਮਵਾਰ ਭਗਵਾਨ ਸ਼ਿਵ ਜੀ, ਮੰਗਲਵਾਰ ਹਨੂਮਾਨ ਜੀ, ਬੁੱਧਵਾਰ ਸ਼ਹੀਦ, ਵੀਰਵਾਰ ਜਾਂ ਸ਼ੁੱਕਰਵਾਰ ਪੀਰਾਂ ਦੇ, ਸ਼ਨੀਵਾਰ
न्याय का देवता शनि जी है। महाराज शनि न्याय के देवते ने उन्होंने पंगा लेना महंगा पौगा, इस करके उन्होंने पूजा। ऐतवार गुरुद्वारे ਤਾਂ ਕਲਗੀਧਰ ਕਹਿੰਦੇ ਨੇ ਕਿ ਮਿਹਨਤ ਵਿਅਰਥ ਜਾਵੇ ਜੇ ਕਿਤੇ ਇਹੀ ਮਿਹਨਤ ਇੱਕ ਥਾਂ ਤੇ ਲੱਗੇ, ਲਗਾਤਾਰ ਲੱਗੇ ਤਾਂ ਜ਼ਰੂਰ ਪ੍ਰਾਪਤੀ ਹੁੰਦੀ ਆ। ਇਸ ਕਰਕੇ ਮਹਾਰਾਜ ਕੀ ਕਹਿੰਦੇ ਨੇ, ਸਰਬਮਾਨ ਸਰਬੱਤਰ ਮਾਨ ਸਦੈਵ ਮਾਨਤ ਤਾਹੇ, ਜਿਹਨੂੰ ਪਿੱਛੇ ਵੀ ਸਾਰੇ ਮੰਨਦੇ ਹੁਣ ਵੀ ਸਾਰੇ ਮੰਨਦੇ ਆ, उस वाहेगुरु परमेश्वर नूं एव निश्चय करके सदा मन लगातार मन एक जगह मेहनत ला। यह नहीं भी कदी शुरू कर लिया ते कदी छड्ड लिया, तां फिर तेरे ते कृपा होवेगी ते तेनूं प्राप्ति होवेगी। इस करके महाराज जी की कहिंदे हन, तां कृपा करदे होए इस पौड़ी विच फिर तीसरी पंक्ति उचारण करते हैं। एक मूरत अनेक दर्शन कीन रूप अनेक, एक मूरत अनेक दर्शन, वाहिगुरु एक मूर्ति आ एक स्वरूप, उस एक स्वरूप तो अनेक रूप हो गए, उस एक तो ही यह सारा संसार बनया है, एक तो ही अनेक मूर्तां बनिया ने, अनेक रूप होए ने, ते कीन रूप अनेक, उस अनेकता दा दर्शन वह फिर आप करता है, इस अनेकता नूं वह आप देखता है। जां फिर महापुरुष बड़ा सुंदर अर्थ करदे कि एक स्वरूप तो अनेक मूर्तियां स्वरूप बने, पहला तो एक ही सी परमेश्वर, फिर उदे तो ये जीव जंतु सब कुछ पैदा होता है। 84 लाख जूनिया मनिया धर्म ने, ते एक सज्जन कहन लगा भी साइंस मुताबक 84 लाख जूनिया सिद्ध नहीं होंगी, वैसे अधूरी जानकारी खतरनाक होंगी है, बेइज्जती कराउंदी है। साइंस किते भी नहीं कहिंदी कि 84 लाख जूनिया नहीं है, तो ये साइंस मुताबक जे सर्च करके देखो तो 8.7 मिलियन स्पीसीज जूना ने, 1 मिलियन च किन्ने होए 10 लाख, 8.7 मिलियन किन्ने बन गए, जिदे विचों साइंस कहिंदी आ वी असीं सिर्फ 1.2 मिलियन जूनां लभियां, बाकी सानूं लभियां ही नहीं अजे। साइंस कितें कहिंदी आ वी नहीं हैगी, साइंस कहिंदी आ बाकी सानूं लभियां ही नहीं आ। अंदाजा साडा इह आ कि पूरियां जूनां 84 नहीं, 84 तों वी वध आ, 8.7 मिलियन आ। पर सानू लभियां नहीं, लभियां जिहड़ियां ने ओह किन्नियां ने, 1.2 मिलियन, कोई 12 लाख, इन्नियां कु लभियां ने। तां ओह महाराज जी बड़े प्रेम दे नाल समझाउंदे आ, है तां असी इक परमेश्वर, आ जिहड़ियां अनेक मूर्तां देखदियां पईआं ना, जूना बनस्पति पशु पंछी जीव जंतु, उस एक परमेश्वर दे अनेक मूर्तां दर्शन ने, स्वरूप ने अनेक। जे फिर भी कोई बंदा जिद करनों ना हटे भी नहीं जी जूना दे खत्म हो गईआं ने, कुछ अपने आप खत्म हो गईआं ने, मरदियां जा रहीआं ने, ਤਾਂ ਗੁਰਬਾਣੀ ਫਿਰ ਇਹਦਾ ਵੀ ਜਵਾਬ ਦੇ ਦਿੰਦੀ ਹੈ। ਜੇ ਕੱਲ ਨੂੰ ਕੋਈ ਕਵੇ ਜੀ ਜੂਨਾਂ ਤੇ ਹੈ ਹੀ ਨਹੀਂ ਇੰਨੀਆਂ, ਹਾਲਾਂਕਿ ਆਪਾਂ ਪਹਿਲਾਂ ਹੁਣੇ ਦੱਸਿਆ ਵੀ 8.7 ਮਿਲੀਅਨ ਸਾਇੰਸ ਮੰਨਦੀ ਹੈ ਜੂਨਾਂ, ਉਹ ਤਾਂ 84 ਲੱਖ ਤੋਂ ਵੀ ਵੱਧ ਮੰਨੀ ਜਾਂਦੀ ਹੈ, ਕੀ ਕਰੂਗਾ ਬਈ।
पर फिर भी जे कोई कवे भी नहीं जूना है नहीं खत्म हो गया तां गुरबाणी कहिंदी आ भी रूह जिहड़ी आ उह कदी मरदी नहीं जिहड़ी जीव आत्मा इह कदी मरदी नहीं ना इह बूटा ना इह बाला इहदे उत्ते अवस्था दा असर नहीं पैंदा ਤਾਂ ਉਹ ਜਿਹੜੀਆਂ ਰੂਹਾਂ ਨੇ ਫਿਰ ਗੁਰਬਾਣੀ ਮੁਤਾਬਕ ਜੇ ਇਹਦਾ ਅਰਥ ਹੋਰ ਤਰ੍ਹਾਂ ਕੀਤਾ ਜਾਵੇ ਤਾਂ ਗੁਰਬਾਣੀ ਕਹਿੰਦੀ ਆ ਸਰੀਰ ਬੰਦੇ ਦਾ ਲਿਆ ਵਾ ਜੰਮਿਆਂ ਭੇੜ ਗਿਆ ਰੂਹ ਭੇੜਗੇ ਦੀ ਜੰਮੀ ਆ ਸਰੀਰ ਬੰਦੇ ਦਾ ਸਰੀਰ ਬੰਦੇ ਦਾ ਰੂਹ ਕਿਹਦੀ ਆਈ ਆ ਕੁੱਤੇ ਦੀ ਸਰੀਰ ਬੰਦੇ ਦਾ ਵਾ ਰੂਹ ਕਾਹਦੀ ਆਈ ਆ ਚਲਾਕ ਚੀਤੇ ਦੀ ਦੇਖਿਆ ਕਿੱਦਾਂ ਚਲਾਕੀਆਂ ਮਾਰਦਾ ਵਾ ਲੁੱਟਦਾ ਦੁਨੀਆ ਨੂੰ ਰੋਟੀ ਖਾਓ ਸ਼ੱਕਰ ਸੇ ਦੁਨੀਆ ਲੂਟੋ ਮੱਕਰ ਸੇ ਜਿਹੜੇ ਠੱਗੀ ਮਾਰ ਕੇ ਲੁੱਟਦੇ ਨੇ ਉਹ ਫਿਰ ਸ਼ੱਕਰ ਨਾ ਖਾਂਦੇ ਆ ਤੇ ਜਿਹਨੇ ਦਸਾਂ ਨਹੁੰਆਂ ਦੀ ਕਿਰਤ ਕਰਨੀ ਉਹਦੇ ਵਾਸਤੇ ਮਹਾਰਾਜ ਕਹਿੰਦੇ ਵੀ ਰੁੱਖੀ ਸੁੱਖੀ ਪ੍ਰਾਪਤ ਹੋਊਗੀ ਪਰ ਇਸ ਠੱਗੀ ਵਾਲੀ ਰੋਟੀ ਜਿਹੜੀ ਚੋਪੜੀ ਆ ਇਹਦੇ ਵਿੱਚ ਦੁੱਖ ਬੜੇ ਆਉਣਗੇ ਹਿਸਾਬ ਲਿਆ ਜਾਵੇ ਤਾਂ ਕੋਈ ਕਿਸੇ ਦੇ ਅੰਦਰ ਸੱਪ ਦੀ ਰੂਹ ਆ ਸਪੋਲੀਆ ਵਾ ਇਹ ਸਪੋਲੀਆ ਆਪਾਂ ਕਹਿੰਦੇ ਨਾ ਸਿਆੜੇ ਬਜ਼ੁਰਗ ਕਹਿ ਦਿੰਦੇ ਇਹਦਾ ਸਪੋਲੀਆ ਵਾ ਜ਼ਹਿਰ ਨਹੀਂ ਛੱਡਦੀ ਤਾਂ ਉਹਦਾ ਸਰੀਰ ਬੰਦੇ ਦਾ ਵਾ ਪਰ ਰੂਹ ਕਾਹਦੀ ਜੰਮੀ ਆ ਸਪੋਲੀਏ ਤਾਂ ਮਹਾਰਾਜ ਕਹਿੰਦੇ ਨੇ ਇਹ ਉਹ ਰੂਹਾਂ ਜੇ ਕੋਈ ਕਵੇ ਫਿਰ ਜੀ ਚੁਰਾਸੀ ਹੈ ਨੀ ਤੇ ਚੁਰਾਸੀ ਫਿਰ ਬੰਦਿਆਂ ਚ ਆ ਗਈ ਆ ਫਿਰ ਤਾਂ ਸ਼ਕਲ ਬੰਦੇ ਦੀ ਸੂਰਤ ਬੰਦੇ ਦੀ ਸਰੀਰ ਬੰਦੇ ਦਾ ਪਰ ਕਰਤੂਤਾਂ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਇਹ ਬਿਰਤੀਆਂ ਵਾ ਨਾ ਸੁਭਾਅ ਨੇ ਜਿਹੜਾ ਲੋਭੀ ਹੋਵੇ ਉਹਨੂੰ ਗੁਰਬਾਣੀ ਹਲਕਾਇਆ ਕੁੱਤਾ ਕਹਿੰਦੀ ਇਹ ਸਰੀਰ ਬੰਦੇ ਦਾ ਹੈ ਪਰ ਹਲਕਾਇਆ ਕੁੱਤਾ ਤੁਰਿਆ ਫਿਰਦਾ ਹੈ ਇਸੇ ਤਰ੍ਹਾਂ ਹੋਰ ਵੀ ਬੜੇ ਪ੍ਰਮਾਣ ਨੇ ਤਾਂ ਏਕ ਮੂਰਤ ਅਨੇਕ ਦਰਸ਼ਨ ਵੈਸੇ ਵਿਚਾਰ ਕਰਦੇ ਪਏ ਸੀ ਵੀ 84 ਲੱਖ ਜੂਨੀਆਂ ਹੈ ਕਿ ਨਹੀਂ ਅੱਜ ਕੱਲ੍ਹ ਕਹਿ ਦਿੰਦੇ ਨਾ ਸਾਇੰਸ ਮੁਤਾਬਕ ਕਹਿ ਦੀਆਂ ਉਹ ਤਾਂ ਵਿਚਾਰ ਦੀ ਥੋੜੀ ਚੇਤੇ ਆ ਗਈ ਵੀ ਏਕ ਮੂਰਤ ਇੱਕ ਮੂਰਤੀ ਤੋਂ ਅਨੇਕਾਂ ਦਰਸ਼ਨ ਅਨੇਕਾਂ ਸਰੀਰ ਜਿਹੜੇ ਨੇ ਉਹ ਇੱਕ ਵਾਹਿਗੁਰੂ ਤੋਂ ਪੈਦਾ ਹੋਏ ਨੇ ਇੱਕ ਤੋਂ ਅਨੇਕ ਜਿਸ ਵਾਹਿਗੁਰੂ ਪਰਮੇਸ਼ਰ ਨੇ ਕਈ ਪ੍ਰਕਾਰ ਦੇ ਰੰਗਾਂ ਰੂਪਾਂ ਨੂੰ ਰਚਿਆ ਹੈ ਫਿਰ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਅਨੇਕਾਂ ਹੀ ਦਰਸ਼ਨ ਦਰਸ਼ਨ ਦਾ ਅਰਥ ਹੈ ਸ਼ਾਸਤਰ ਗ੍ਰੰਥ ਬਣਾਏ ਕਿ ਸਿੱਖਿਆ ਪ੍ਰਾਪਤ ਹੋਵੇ ਚੰਗੇ ਮਾੜੇ ਦੀ ਸੋਝੀ ਕਰਾਉਣ ਵਾਸਤੇ ਧਾਰਮਿਕ ਗ੍ਰੰਥ ਬਣਦੇ ਤਾਂ ਦਰਸ਼ਨ ਦਾ ਅਰਥ ਗ੍ਰੰਥ ਵੀ ਹੁੰਦੇ ਸ਼ਾਸਤਰ ਵੀ ਹੁੰਦੇ ਫਲੋਸਫੀ ਵੀ ਹੁੰਦੀ ਤਾਂ ਸਤਿਗੁਰੂ ਫਰਮਾਉਂਦੇ ਹਨ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਖੇਲ ਖੇਲਦਾ ਅਖੇਲ ਕਹਿੰਦੇ ਜਿਹੜਾ ਖੇਡਣਾ ਕਠਨ ਜਿਹੜੀ ਖੇਡ ਹਰੇਕ ਨਹੀਂ ਖੇਡ ਸਕਦਾ ਰੱਬ ਦੀਆਂ ਖੇਡਾਂ ਕਿੱਦਾਂ ਦੀਆਂ ਨੇ ਅਖੇਲ ਖੇਲਣ ਅਖੇਲ ਜਿਹੜੀ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ ਜਿਵੇਂ ਦੁਨੀਆ ਪੈਦਾ ਕਰਨੀ ਪਾਲੜੀ ਔਰ ਫਿਰ ਲੈਤਾ ਕਰਨੀ ਕਰਮਾਂ ਮੁਤਾਬਕ ਫਿਰ ਇਸ ਸੰਸਾਰ ਨੂੰ ਛੱਡ ਕੇ ਜਾਣਾ ਤਾਂ ਇੱਦਾਂ ਦੀਆਂ ਬੜੀਆਂ ਖੇਡਾਂ ਨੇ ਜਿਹੜੀਆਂ ਅਖੇਲ ਹਰੇਕ ਦੇ ਵੱਸ ਦੀ ਗੱਲ ਨੇ ਰੱਬ ਹੀ ਖੇਡ ਸਕਦਾ ਪਰਮੇਸ਼ਰ ਹੀ ਕਰ ਸਕਦਾ ਤਾਂ ਉਹ ਕੀ ਹੈ ਸੰਸਾਰ ਦੀ ਰਚਨਾ ਤਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸੰਸਾਰ ਦੀ ਰਚਨਾ ਵਿੱਚ ਉਤਪਤੀ ਕਰਨੀ ਪਾਲਣਾ ਕਰਨੀ ਲੈਤਾ ਕਰਨੀ ਰਿਜਕ ਦੇਣਾ ਕਰਮਾਂ ਦਾ ਫਲ ਦੇਣਾ ਅਰਦਾਸਾਂ ਪੂਰੀਆਂ ਕਰਨੀਆਂ ਕਾਮਨਾਵਾਂ ਪੂਰੀਆਂ ਕਰਨੀਆਂ ਮਨ ਦੇ ਮਨੋਰਥ ਸਿੱਧ ਕਰਨੇ ਜੰਮਣ ਮਰਨ ਤੋਂ ਬਾਹਰ ਕਰਨਾ ਇਹੋ ਜਿਹੜੇ ਅਖੇਲ ਹਰੇਕ ਦੇ ਵੱਸ ਦੀ ਗੱਲ ਨਹੀਂ ਖੇਡਣੇ ਇਹਨਾਂ ਨੂੰ ਇਹਨਾਂ ਖੇਲਾਂ ਨੂੰ ਖੇਲ ਕੇ ਅੰਤ ਫਿਰ ਓੜਕ ਨੂੰ ਅੰਤ ਕੋ ਫਿਰ ਏਕ ਤੇ ਫਿਰ ਇੱਕ ਰੂਪ ਦੇ ਵਿੱਚ ਹੋ ਜਾਂਦਾ
ਭਾਵੇਂ ਜਿੰਨਾ ਸੰਸਾਰ ਹੈ ਜਦੋਂ ਇਹ ਖਤਮ ਹੋ ਜਾਂਦਾ ਹੈ ਤਾਂ ਇੱਕ ਰੂਪ ਸਿਰਫ ਅਕਾਲ ਪੁਰਖ ਅੰਤਰਜਾਮੀ ਜੀ ਦਾ ਰਹਿ ਜਾਂਦਾ ਹੈ, ਵਾਹਿਗੁਰੂ ਜੀ ਦਾ ਰਹਿ ਜਾਂਦਾ ਹੈ, ਸਾਰਾ ਸੰਸਾਰ ਉਹਦੇ 'ਚ ਲੈ ਹੋ ਜਾਂਦਾ ਹੈ। ਫਿਰ ਕਿਤੇ ਸਮਾਂ ਆਉਂਦਾ ਹੈ, ਉਹਦੇ ਤੋਂ ਪੈਦਾ ਹੁੰਦਾ ਹੈ, ਅਖੀਰ ਫਿਰ ਉਹਦੇ ਵਿੱਚ ਹੀ ਇੰਨੇ ਜਾ ਕੇ ਸਮਾ ਜਾਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ। ਜਿਸ ਵਾਹਿਗੁਰੂ ਜੀ ਦਾ ਭੇਦ ਜਾਂ ਅਸਚਰਜ ਸਰੂਪ ਨੂੰ ਦੇਵ ਬ੍ਰਹਮਾ ਆਦਿਕ ਨਹੀਂ ਜਾਣਦੇ, ਜਿਹ ਬੇਦ ਔਰ ਕਤੇਬ, ਚਾਰ ਬੇਦ ਤੇ ਚਾਰ ਕਿਤਾਬਾਂ ਇਹ ਵੀ ਉਸ ਦੇ ਭੇਦ ਨੂੰ ਨਹੀਂ ਦੱਸ ਸਕਦੀਆਂ ਕਿ ਉਹ ਕਿੱਡੇ ਕੁ ਤਾਕਤ ਵਾਲਾ ਹੈ, ਕਦੋਂ ਕਦਾ ਹੈ, ਕਿਸ ਤਰ੍ਹਾਂ ਦਾ ਉਹਦਾ ਸੁਭਾਅ ਹੈ। ਤਾਂ ਇਹ ਕੁਝ ਗਿਆਨ ਤਾਂ ਕਰਾਉਂਦੀਆਂ ਨੇ, ਪਰ ਸੰਪੂਰਨ ਉਹਦਾ ਭੇਦ ਕਿਸੇ ਤੋਂ ਵੀ ਪਾਇਆ ਨਹੀਂ ਜਾਂਦਾ। ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਿਹ ਜੀਬ। ਜੀਬ ਦਾ ਅਰਥ ਮਹਾਂਪੁਰਸ਼ ਕਰਦੇ ਨੇ, ਫਾਰਸੀ ਦਾ ਸ਼ਬਦ ਹੈ, ਅਰਥ ਕੀ ਹੋਇਆ, ਸੋਭਾ, ਉਪਮਾ। ਹੇ ਅਕਾਲ ਪੁਰਖ, ਤੇਰੀ ਜੀਬ, ਤੇਰੀ ਉਪਮਾ, ਸ਼ੋਭਾ ਆਦਿਕ ਸ਼ੁਭ ਗੁਣਾਂ ਨੂੰ ਕਿਸੇ ਪ੍ਰਕਾਰ ਵੀ ਨਹੀਂ ਜਾਣਿਆ ਜਾ ਸਕਦਾ। ਤੇਰਾ ਰੂਪ ਰੰਗ ਤੇ ਜਾਤ ਬਰਾਦਰੀ ਆਦਿ ਕੁਝ ਹੈ ਹੀ ਨਹੀਂ, ਕੇਵਲ ਨਿਰਾਕਾਰ ਸਰੂਪ ਹੈ। ਤੇ ਜਿਹਦੀਆਂ ਛੇ ਚੀਜ਼ਾਂ ਪਕੜ ਦੇ ਵਿੱਚ ਆਉਣ ਉਹਦਾ ਸਾਡੀ ਬੁੱਧੀ ਗਿਆਨ ਪ੍ਰਾਪਤ ਕਰਦੀ, ਉਹ ਕਿਹੜੀ ਆ, ਜਾਤੀ, ਵਿਅਕਤੀ, ਗੁਣ, ਗੁਣੀ, ਕਿਰਿਆ, ਕਿਰਿਆਵਾਨ, ਇਹਨਾਂ ਛੇਆਂ ਦਾ ਵਰਣਨ ਕਰਨ ਤੱਕ ਹੀ ਸਾਡੀ ਗਮਤਾ ਹੈ। ਹੁਣ ਵਾਹਿਗੁਰੂ ਦੀ ਯਾਦ ਕੋਈ ਨਹੀਂ, ਵਿਅਕਤੀ ਸਰੀਰ ਕੋਈ ਨਹੀਂ, ਕਿਰਿਆ ਕੋਈ ਨਹੀਂ, ਉਹਦੇ ਵਿੱਚ ਗੁਣ ਗੁਣੀ ਭਾਵ ਤੋਂ ਰਹਿਤ ਹੈ। ਇਸ ਲਈ ਉਸ ਵਾਹਿਗੁਰੂ ਨੂੰ ਇਸ ਜ਼ਬਾਨ ਦੇ ਨਾਲ ਸੰਪੂਰਨ ਕੋਈ ਵੀ ਕਥਨ ਨਹੀਂ ਕਰ ਸਕਦਾ, ਭਾਵੇਂ ਵੇਦ ਹੈ, ਭਾਵੇਂ ਕਿਤਾਬ ਹੈ, ਭਾਵੇਂ ਦੇਵਤੇ ਨੇ, ਕੋਈ ਵੀ ਉਹਨੂੰ ਕਥਨ ਨਹੀਂ ਕਰ ਸਕਦਾ, ਕਿਉਂਕਿ ਉਹਦਾ ਰੂਪ ਰੰਗ ਆਦਿਕ ਛੇ ਚੀਜ਼ਾਂ ਜਿਹੜੀਆਂ ਨੇ ਉਹ ਪਕੜ ਦੇ ਵਿੱਚ ਨਹੀਂ ਆਉਂਦੀਆਂ। ਤੇ ਜਿਹਦੀਆਂ ਛੇ ਚੀਜ਼ਾਂ ਪਕੜ ਦੇ ਵਿੱਚ ਆਉਣ ਉਹਦਾ ਸੰਪੂਰਨ ਕਥਨ ਹੋ ਸਕਦਾ ਹੈ, ਉਹਦੀ ਵਿਆਖਿਆ ਹੋ ਸਕਦੀ ਹੈ। ਪਰ ਵਾਹਿਗੁਰੂ ਜੀ ਤੇ ਰੂਪ ਰੰਗ ਵਿਅਕਤੀ ਦੇਹ ਆਦਿਕ ਗੁਣ ਗੁਣੀ ਭਾਵ ਆਦਿਕ ਧਰਮਾਂ ਤੋਂ ਰਹਿਤ ਨੇ। ਇਸ ਕਰਕੇ ਸੱਚੇ ਪਾਤਸ਼ਾਹ ਤੇਰੀ ਕਿੰਨੀ ਕੁ ਕੋਈ ਸ਼ੋਭਾ ਕਰੇ, ਵਡਿਆਈ ਕਰੇ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਵੈਸੇ ਵੀ ਜਿਹੜਾ ਪ੍ਰਤੱਖ ਹੁੰਦਾ ਨਾ, ਉਹ ਤਿੰਨ ਤਰ੍ਹਾਂ ਦਾ ਹੁੰਦਾ। ਜਿਵੇਂ ਕੋਈ ਚੀਜ਼ ਪ੍ਰਤੱਖ ਆਪਾਂ ਨੂੰ ਦਿਖਦੀ ਹੈ, ਇੱਕ ਦੂਜੇ ਨੂੰ ਆਪਾਂ ਦੇਖਦੇ ਪਏ ਹੁਣ, ਇਹ ਕੀ ਆ, ਪ੍ਰਤੱਖ ਦਰਸ਼ਨ। ਇਹਦੇ ਵਿੱਚ ਅੱਖਾਂ ਕੰਮ ਕਰਦੀਆਂ ਨੇ। ਇਸ ਤਰ੍ਹਾਂ ਪ੍ਰਤੱਖ ਪਰਮੇਸ਼ਰ ਦਾ ਨਹੀਂ ਹੁੰਦਾ, ਜਿੱਦਾਂ ਇੱਕ ਸਰੀਰ ਦੂਜੇ ਸਰੀਰ ਨੂੰ ਦਿਖਦਾ ਹੈ। ਇਸ ਤਰ੍ਹਾਂ ਸ਼ਾਇਦ ਵਾਹਿਗੁਰੂ ਜੀ ਦੇ ਦਰਸ਼ਨ ਸਰਗੁਣ ਸਰੂਪ ਦੇ ਭਾਵਨਾ ਕਰਕੇ ਹੋ ਸਕਦੇ ਆ। ਨਿਰਗੁਣ ਸਰੂਪ ਦੀ ਜਿਹੜੀ, ਜਿਸ ਵਾਹਿਗੁਰੂ ਦੀ ਗੱਲ ਇੱਥੇ ਚੱਲਦੀ ਪਈ, ਜਿਹਨੂੰ ਜੋਤ ਰੂਪ ਕਹਿ ਦਿੰਦੇ ਸਮਝਣ ਸਮਝਾਉਣ ਵਾਸਤੇ, ਨਹੀਂ ਤੇ ਜੋਤ ਰੂਪ ਵੀ ਨਹੀਂ ਕਿਹਾ ਜਾ ਸਕਦਾ ਉਹਨੂੰ, ਇਹ ਤਾਂ ਸਿਰਫ ਸਮਝਣ ਸਮਝਾਉਣ ਵਾਸਤੇ ਨੇ ਵੀ ਉਹ ਜੋਤ ਰੂਪ। ਤਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਦਾ ਪ੍ਰਤੱਖ ਇੱਦਾਂ ਨਹੀਂ ਹੁੰਦਾ ਜਿੱਦਾਂ ਆਪਣਾ ਇੱਕ ਦੂਜੇ ਦਾ ਪ੍ਰਤੱਖ ਦਰਸ਼ਨ ਕਰਦੇ ਹਾਂ, ਸਰੀਰਾਂ ਨੂੰ ਸਰੀਰ ਦੇਖਦੇ ਨੇ, ਵਸਤੂ ਦੇਖਦੀ ਹੈ। ਇੱਕ ਹੀ ਹੁੰਦਾ ਪ੍ਰਤੱਖ ਪ੍ਰਮਾਣ, ਦੂਸਰਾ ਹੁੰਦਾ ਹੈ ਅਨੁਭਵ ਜਾਂ ਅਨੁਮਾਨ। ਪ੍ਰਮਾਣ, ਅਨੁਮਾਨ ਕੀ, ਅੰਦਾਜ਼ਾ ਲਾ ਲੈਣਾ, ਜਿਵੇਂ ਧੂੰਏ ਨੂੰ ਦੇਖ ਕੇ ਅੱਗ ਦਾ ਅੰਦਾਜ਼ਾ ਹੋ ਗਿਆ ਵੀ ਇੱਥੇ ਧੂੰਆਂ ਵਾ ਤਾਂ ਇੱਥੇ ਅੱਗ ਜ਼ਰੂਰ ਹੋਊ। ਇਸ ਤਰ੍ਹਾਂ ਦੂਸਰਾ ਅਨੁਭਵ ਪ੍ਰਮਾਣ ਮੰਨਿਆ ਹੈ,
ਜਿਵੇਂ ਸਿਰ ਪੀੜ ਹੈ ਇਹ ਦੇਖਦੀ ਤਨੀ ਆ ਪਰ ਜਿਹਨੂੰ ਹੁੰਦੀ ਉਹਦੀਆਂ ਚੀਕਾਂ ਨਿਕਲਦੀਆਂ ਪਈਆਂ। ਇਸੇ ਤਰ੍ਹਾਂ ਹੋਰ ਕੋਈ ਦੁੱਖ ਹੈ ਦੁੱਖ ਦੇਖਦਾ ਤਾਂ ਨਹੀਂ ਹੁੰਦਾ ਨਾ ਹੀ ਕੋਈ ਦਿਖਾ ਸਕਦਾ ਪਰ ਜਿਹਨੂੰ ਹੁੰਦਾ ਉਹਨੂੰ ਪਤਾ ਵਾ ਜਿਸ ਤਨ ਲੱਗੇ ਸੋਈ ਜਾਣੇ। ਜਿਵੇਂ ਕੋਈ ਸਾਧੂ ਮਹਾਤਮਾ ਸੀ ਨਾ ਉਹਨੂੰ ਇੱਕ ਸੱਜਣ ਨੇ ਬੜਾ ਤੰਗ ਕਰਨਾ ਵੀ ਮੈਨੂੰ ਰੱਬ ਦਿਖਾ। ਹੁਣ ਰੱਬ ਕੋਈ ਏਦਾਂ ਦੀ ਸ਼ੈ ਥੋੜੀ ਹੈ ਵੀ ਤੁਸੀਂ ਕੱਢ ਕੇ ਜੇਬ ਚੋਂ ਤੇ ਦਿਖਾ ਦਿਓ ਜਿੱਦਾਂ ਆਈ ਡੀ ਕਾਰਡ ਬਣਿਆ ਹੁੰਦਾ ਆਧਾਰ ਕਾਰਡ ਬਣਿਆ ਹੁੰਦਾ ਕੋਈ ਆਈ ਡੀ ਕੱਢ ਕੇ ਦਿਖਾ ਦਿਓ ਵੀ ਆ ਰੱਬ ਏਦਾਂ ਦੀ ਸ਼ੈ ਤੇ ਹੈ ਨਹੀਂ। ਉਹਨੇ ਹਟਣਾ ਨਾ ਤੰਗ ਕਰਨ ਤੇ ਮਹਾਤਮਾ ਨੇ ਸੋਚਿਆ ਵੀ ਹੁਣ ਸਿੱਖਿਆ ਇਹਨੂੰ ਸਮਝਾਈ ਵੀ ਆ ਗੱਲ ਵੀ ਏਦਾਂ ਨਹੀਂ ਹੁੰਦਾ ਕੁਝ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਬੰਦਗੀ ਕਰਨੀ ਪੈਂਦੀ ਭਗਤੀ ਕਰਨੀ ਪੈਂਦੀ ਫਿਰ ਅਵਸਥਾ ਬਣਦੀ ਆ ਤੇ ਜਦੋਂ ਉਹ ਅਵਸਥਾ ਬਣ ਜਾਂਦੀ ਹੈ ਫਿਰ ਉਹਦਾ ਸੁਫੁਰਨ ਹੁੰਦਾ। ਜਿਵੇਂ ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਕਹਿੰਦੇ ਨਾ ਹੋਏ ਆਤਮ ਗਿਆਨ ਤੇ ਸੁਪੂਰਨ ਸਰੂਪ। ਜਿਹੜਾ ਕੋਈ ਕਵੇ ਨਾ ਵੀ ਆ ਸਾਡੇ ਵੀ ਆ ਬ੍ਰਹਮ ਗਿਆਨੀ ਹੈ ਤਾਂ ਉਹਨੂੰ ਪੁੱਛੋ ਵੀ ਜਿਹੜੀ ਤੇਰੀ ਅੰਦਰ ਬੈਠੀ ਆਤਮਾ ਵਾ ਉਹ ਮਹਿਸੂਸ ਹੋਈ ਆ ਕਦੀ? ਆ ਜਿੱਦਾਂ ਸਾਹ ਮਹਿਸੂਸ ਹੁੰਦਾ ਨਾ ਚੱਲਦਾ ਨਬਜ ਚੱਲਦੀ ਧੜਕਣ ਦਿਲ ਏਦਾਂ ਕਦੀ ਆਤਮਾ ਸਰੀਰ ਚ ਬੈਠੇ ਮਹਿਸੂਸ ਹੋਈ ਆ ਕਦੀ? ਹੁਣ ਕਹਿੰਦੇ ਤੇ ਸਾਰੇ ਆ ਵੀ ਸਰੀਰ ਵਿੱਚ ਆਤਮਾ ਮਹਿਸੂਸ ਹੋਈ ਕਦੀ? ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਿਸੂਸ ਹੋਈ ਕਦੀ? ਜੇ ਨਹੀਂ ਹੋਈ ਤੇ ਕਹਿੰਦੇ ਫਿਰ ਆਤਮ ਗਿਆਨ ਨੀ ਤੈਨੂੰ ਹੋਇਆ ਐਵੇਂ ਭੁਲੇਖੇ ਚ ਨਾ ਤੁਰਿਆ ਫਿਰ। ਹੋਏ ਆਤਮ ਗਿਆਨ ਤੇ ਸੁਪੂਰਨ ਸਰੂਪ ਜਿਹਨੂੰ ਗਿਆਨ ਹੋ ਜਾਂਦਾ ਹੈ ਉਹਨੂੰ ਫਿਰ ਆਤਮਾ ਦਾ ਸੁਪੂਰਨ ਹੁੰਦਾ। ਹੁਣ ਸੁਪੂਰਨ ਦੇ ਕਈ ਅਰਥ ਹੋ ਸਕਦੇ ਪਰ ਜੇ ਸੌਖਾ ਜਿਹਾ ਅਰਥ ਕਰੀਏ ਮੋਟੀ ਜਿਹੀ ਬੁੱਧੀ ਨਾਲ ਮੰਨ ਲਓ ਕੋਈ ਚੀਜ਼ ਮਹਿਸੂਸ ਹੁੰਦੀ ਤਾਂ ਕਈ ਚੀਜ਼ਾਂ ਏਦਾਂ ਦੀਆਂ ਜਿਹੜੀਆਂ ਦੇਖਣ ਚ ਨਹੀਂ ਆਉਂਦੀਆਂ ਪਰ ਮਹਿਸੂਸ ਹੁੰਦੀਆਂ। ਜਿਵੇਂ ਦੁੱਖ ਦਿਖਣ ਚ ਨਹੀਂ ਆਉਂਦਾ ਮਹਿਸੂਸ ਹੁੰਦਾ। ਉਹ ਸਾਧ ਨੂੰ ਗੁੱਸਾ ਚੜਿਆ ਤੇ ਉਹਨੇ ਇੱਟ ਪਈ ਸੀ ਤੇ ਵੱਟ ਕੇ ਮਾਰੀ ਉਹਦਾ ਸਿਰ ਖੁੱਲ ਗਿਆ ਜਿਹੜਾ ਬ੍ਰਹਮ ਗਿਆਨ ਭਾਲਦਾ ਸੀ। ਰਾਜੇ ਪਾਸ ਕੇਸ ਚਲੇ ਗਿਆ ਪਰਚੇ ਹੋ ਗਏ ਦੋਵਾਂ ਤਰ੍ਹਾਂ ਦੇ। ਰਾਜਾ ਕਹਿੰਦਾ ਮਹਾਰਾਜ ਮੈਂ ਬੜਾ ਸਤਿਕਾਰ ਕਰਦਾ ਸੀ ਤੁਹਾਡਾ ਪਰ ਇਹ ਗੱਲ ਇਹ ਕਰਤੂਤ ਇਹ ਕੋਈ ਚੰਗੀ ਗੱਲ ਥੋੜੀ ਹੈ ਤੁਹਾਡੇ ਵਾਸਤੇ। ਤੁਸੀਂ ਵੀ ਉਹ ਕੰਮ ਕਰਦੇ ਜਿਹੜੇ ਦੁਨਿਆਵੀ ਲੋਕ ਕਰਦੇ ਫਿਰ ਤੁਹਾਡਾ ਤੇ ਦੁਨਿਆਵੀ ਬੰਦਿਆਂ ਦਾ ਫਰਕ ਕੀ ਹੈ? ਮੰਨ ਲਓ ਇੱਕ ਦੁਨਿਆਵੀ ਬੰਦਾ ਵਾ ਸ਼ਰਾਬ ਪੀਂਦਾ ਵਾ ਮਾਸ ਖਾਂਦਾ ਵਾ ਅੱਛਾ ਇੱਕ ਧਰਮੀ ਬੰਦਾ ਵਾ ਉਹ ਵੀ ਕਰੀ ਜਾਂਦਾ ਫਿਰ ਦੋਵਾਂ ਦਾ ਫਰਕ ਕੀ ਹੈ? ਸਵਾ ਧਰਮ ਤੇ ਵਿਲੱਖਣ ਚੀਜ਼ ਆ ਨਾ ਸੰਸਾਰ ਦੇ ਵਿਸ਼ਿਆਂ ਤੋਂ ਵਿਕਾਰਾਂ ਤੋਂ ਤੇ ਜੇ ਉਹ ਹੀ ਖੇ ਇੱਥੇ ਖਾਣੀ ਆ ਧਰਮ ਦੇ ਵਿੱਚ ਆਣ ਕੇ ਤੇ ਫਿਰ ਫਰਕ ਕੀ ਆ ਤੁਹਾਡੇ ਧਰਮ ਦਾ? ਇਹ ਸਵਾਲ ਦਾ ਜਵਾਬ ਦੇਵੇ ਕੋਈ। ਧਰਮ ਜਿਹੜਾ ਆਉਂਦਾ ਉਹ ਵੱਖਰਾ ਹੁੰਦਾ ਸੰਸਾਰ ਜਿਹੜਾ ਸੰਸਾਰ ਦੀ ਪਕੜ ਤੋਂ ਵਿਸ਼ੇ ਵਿਕਾਰਾਂ ਤੋਂ ਬੰਦੇ ਨੂੰ ਉੱਪਰ ਚੁੱਕ ਦਿੰਦਾ ਤਾਂ ਹੋਇਆ ਕੀ ਫਿਰ? ਉਹ ਸੰਤ ਕਹਿੰਦੇ ਬਈ ਇਹ ਕਹਿੰਦਾ ਸੀ ਰੱਬ ਵਿਖਾ ਮੈਂ ਇਹਨੂੰ ਪੂਰਾ ਸਮਝਾਇਆ ਵੀ ਰੱਬ ਏਦਾਂ ਨਹੀਂ ਹੁੰਦਾ ਨਹੀਂ ਹਟਿਆ ਨਹੀਂ ਹਟਿਆ ਮੈਂ ਆਖਿਆ ਚੱਲ ਫਿਰ ਵਿਖਾ ਹੀ ਦਿੰਦੇ ਆ ਰੱਬ ਫਿਰ ਏਦਾਂ ਨਹੀਂ ਸੀ ਜੇ ਪ੍ਰਤੱਖ ਪ੍ਰਮਾਣ ਨਹੀਂ ਸੁੱਝਦਾ ਤੇ ਅਨੁਮਾਨ ਪ੍ਰਮਾਣ ਲਾ ਲੈਂਦੇ ਆ ਫਿਰ ਮੈਂ ਇੱਟ ਮਾਰੀ ਵੱਟ ਗਿਆ। ਉਹ ਕਹਿੰਦਾ ਜੀ ਰੱਬ ਰੂਬ ਤੇ ਕੋਈ ਨਹੀਂ ਵੇਖਿਆ ਪਰ ਸਿਰ ਜ਼ਰੂਰ ਪੜਵਾ ਲਿਆ ਤੇ ਜਨਾਬ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ ਮੇਰੀ ਜਾਨ ਨਿਕਲਦੀ ਪਈ ਆ। ਸੰਤ ਕਹਿੰਦਾ ਵਿਖਾ ਤੁਹਾਨੂੰ ਕਿਸੇ ਨੂੰ ਇੱਥੇ ਕਚਹਿਰੀ ਚ ਦੇਖਦਾ ਪਿਆ ਵੀ ਇਹਦੀ ਜਾਨ ਨਿਕਲਦੀ ਪਈ। ਉਹ ਕਹਿੰਦਾ ਮੈਨੂੰ ਪੁੱਛੋ ਮੇਰੀ ਥਾਂ ਤੇ ਹੋ ਨਾ ਮੇਰੀ ਥਾਂ ਤੇ ਜੇ ਤੁਹਾਡਾ ਸਿਰ ਪਾਟਿਆ ਹੋਵੇ ਤੇ ਮੈਨੂੰ ਪੁੱਛੋ। ਉਹ ਕਹਿੰਦੇ ਤੂੰ ਕਿਸੇ ਨੂੰ ਵੀ ਦੱਸ ਸਕਦਾ ਵਾ ਵੀ ਜਿੰਨਾ ਤੈਨੂੰ ਦੁੱਖ ਹੋ ਰਿਹਾ ਵਾ ਇੰਨਾ ਕਿਸੇ ਨੂੰ ਇਹ ਵਿਖਾ ਸਕਦਾ ਵਾ? ਕਹਿੰਦਾ ਨਹੀਂ ਵਿਖਾ ਤਾਂ ਨਹੀਂ ਸਕਦਾ ਪਰ ਜਿਹਦੇ ਵੱਜੀ ਉਹਨੂੰ ਪਤਾ ਇਹਨੂੰ ਕੀ ਕਹਿੰਦੇ ਅਨੁਮਾਨ ਪ੍ਰਮਾਣ। ਸੰਤ ਕਹਿੰਦੇ ਜਿਹਨੂੰ ਪਰਮੇਸ਼ਰ ਮਿਲਿਆ ਉਹਨੂੰ ਪਤਾ।
ਇਹ ਜ਼ਰੂਰੀ ਨਹੀਂ ਵੀ ਉਹ ਕਿਸੇ ਨੂੰ ਵਿਖਾ ਸਕੇ। ਜਿਵੇਂ ਕੋਈ ਮਾਰਵਾੜੀ ਸੀ ਤੇ ਮਾਰਵਾੜੀ ਬਹੁਤ ਵੱਡੇ ਬਿਜ਼ਨਸਮੈਨ ਹੁੰਦੇ, ਉਹਨੇ ਕਿਸੇ ਤੋਂ ਗੋਦਾਮ ਕਿਰਾਏ ਤੇ ਲੈ ਲਿਆ। ਜਦੋਂ ਗੋਦਾਮ ਕਿਰਾਏ ਤੇ ਲਿਆ, ਮਾਲ ਪਾ ਲਿਆ, ਪਹਿਲਾਂ ਪਹਿਲਾਂ ਤੇ ਕਿਰਾਇਆ ਦਿੰਦਾ ਰਿਹਾ, ਬਾਅਦ ਚ ਹਟ ਗਿਆ ਦੇਣਾ। ਹੋਇਆ ਕੀ, ਮਾਲਕ ਨੇ ਕੇਸ ਕਰ ਦਿੱਤਾ, ਜੀ ਗੋਦਾਮ ਖਾਲੀ ਨਹੀਂ ਕਰਦਾ। ਪੰਚਾਇਤ ਗਈ, ਪੰਚਾਇਤ ਦੇ ਉਹ ਪੈਰ ਹੀ ਨਾ ਲੱਗਣ ਦੇਵੇ। ਉਹ ਕਹੇ ਤੁਸੀਂ ਗੋਦਾਮ ਸਿੱਧ ਕਰ ਦਿਓ ਤੇ ਮੈਂ ਖਾਲੀ ਕਰ ਦੂੰ। ਸਾਰੀ ਪੰਚਾਇਤ ਗੋਦਾਮ ਚ ਗਈ, ਕਹਿੰਦੀ ਇਹ ਗੋਦਾਮ ਆ, ਕਹਿੰਦਾ ਇਹਦੇ ਬੋਰੀਆਂ ਵਾ। ਜਿਹਨੂੰ ਤੁਸੀਂ ਗੋਦਾਮ ਕਹਿੰਦੇ ਉਹ ਕਿਹੜੀ ਬੁਲਾ ਵਾ ਉਹ ਦੱਸੋ ਮੈਨੂੰ। ਜਿਹਨਾਂ ਰਾਜੇ ਜਨਕ ਨੂੰ ਅਸ਼ਟਾਵਕਰ ਜੀ ਨੇ ਕੀ ਆਖਿਆ, ਤੂੰ ਕੌਣ ਆ, ਕਹਿੰਦਾ ਮੈਂ ਜਨਕ, ਕਹਿੰਦਾ ਦਿਖਾ ਕਿੱਥੇ ਆ। ਉਹਨੇ ਆਪਦੇ ਛਾਤੀ ਤੇ ਹੱਥ ਮਾਰਿਆ, ਮੈਂ ਜਨਕ। ਉਹ ਕਹਿੰਦੇ ਇਹ ਤੇ ਛਾਤੀ ਆ, ਜਨਕ ਕਿੱਥੇ ਆ। ਮੱਥੇ ਨੂੰ ਹੱਥ ਲਾਓ, ਇਹ ਮੱਥਾ ਹੈ। ਅੱਖਾਂ ਨੂੰ ਹੱਥ ਲਾਓ, ਇਹ ਅੱਖਾਂ। ਨੱਕ ਨੂੰ ਹੱਥ ਲਾਓ, ਇਹ ਨਾਕਾ। ਬਾਹਾਂ ਨੂੰ ਹੱਥ ਲਾਓ, ਬਾਹਾਂ ਵਾ। ਜਨਕ ਕਿੱਥੇ ਆ, ਜਨਕ ਕਿਹੜੀ ਸ਼ੈ ਆ ਸਰੀਰ ਦੇ ਵਿੱਚ। ਤਾਂ ਜਦੋਂ ਸਾਡੇ ਘਰ ਕੋਈ ਬੱਚਾ ਜੰਮਦਾ, ਅਸੀਂ ਨਾਂ ਰੱਖ ਦਿੰਦੇ ਫਲਾਨਾ ਸਿੰਘ। ਉਹ ਸਾਰੇ ਸੰਘਾਤ ਦਾ ਨਾਮ ਆ ਫਲਾਨਾ ਸਿੰਘ। ਜੇ ਕੱਲੀ ਕੱਲੀ ਚੀਜ਼ ਨੋਟ ਕਰੋ, ਇਹ ਹੱਥ ਆ, ਇਹ ਪੈਰ ਆ, ਇਹ ਲੱਤਾਂ ਵਾ, ਇਹ ਬਾਹਾਂ ਵਾ, ਇਹ ਗੋਡੇ ਆ, ਗਿੱਟੇ ਆ, ਤੇ ਫਲਾਨਾ ਸਿੰਘ ਕਿੱਥੇ ਆ। ਤਾਂ ਉਹ ਮਾਰਵਾੜੀ ਬਹੁਤ ਸ਼ੈਤਾਨ ਸੀ, ਉਹ ਕਹਿੰਦਾ ਗੋਦਾਮ ਕਿੱਥੇ ਆ, ਇਹ ਤਾਂ ਬੋਰੀਆਂ, ਇਹ ਤਾਂ ਸਮਾਨ ਆ, ਮੇਰਾ ਮਾਲ ਆ, ਗੋਦਾਮ ਕਿੱਥੇ ਆ। ਚਲੋ ਸੰਤਾਂ ਕੋਲੇ ਫੈਸਲਾ ਆ ਗਿਆ। ਸੰਤ ਕਹਿੰਦੇ ਲੈ ਇਹ ਵੀ ਕੋਈ ਗੱਲ ਹੈ। ਉਹਨਾਂ ਚਾਰ ਬੰਦੇ ਭੇਜੇ, ਚਾਰਾਂ ਬੰਦਿਆਂ ਨੂੰ ਆਖਿਆ ਇਹਦਾ ਸਮਾਨ ਕੱਢ ਕੇ ਬਾਹਰ ਮਾਰੋ, ਗੋਦਾਮ ਲੱਭ ਦਾਂਗੇ ਤੁਹਾਨੂੰ। ਉਹਨਾਂ ਆਣ ਕੇ ਸਮਾਨ ਕੱਢ ਕੇ ਬਾਹਰ ਮਾਰਿਆ ਤੇ ਜਿਹੜਾ ਖਾਲੀ ਥਾਂ ਸੀ ਉਹ ਕੀ ਸੀ, ਗੋਦਾਮ। ਤਾਂ ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦੇ ਕਿਸੇ ਨੇ ਦਰਸ਼ਨ ਕਰਨੇ ਆ, ਤਾਂ ਜੇ ਪੰਚਾਇਤ ਪਾਸ ਜਾਵੇ, ਕਾਮ ਕ੍ਰੋਧ ਪਾਸ ਜਾਵੇ ਤੇ ਗੱਲ ਬਣਦੀ ਨਹੀਂ, ਨਿਬੜਦੀ ਨਹੀਂ। ਮਨ ਪਾਸ ਜਾਵੇ, ਬੁੱਧੀ ਪਾਸ ਜਾਵੇ ਤੇ ਗੱਲ ਬਣਦੀ ਨਹੀਂ, ਨਿਬੜਦੀ ਨਹੀਂ। ਕਿਹਦੇ ਪਾਸ ਜਾਵੇ, ਸੰਤਾਂ ਪਾਸ ਜਾਵੇ, ਗੁਰੂ ਪਾਸ ਜਾਵੇ। ਤਾਂ ਗੁਰੂ ਸਾਹਿਬ ਜਾਂ ਸੰਤ ਫਿਰ ਚਾਰ ਬੰਦੇ ਦਿੰਦੇ, ਉਹ ਕੀ ਆ, ਪ੍ਰਥਮ ਵਿਵੇਕ ਵਿਰਾਗ ਪੁੰਨ। ਪਹਿਲਾ ਵਿਵੇਕ, ਦੂਜਾ ਵਿਰਾਗ, ਤੀਜੀ ਖੱਟ ਸੰਪੱਤੀ ਤੇ ਚੌਥੀ ਮਮੁਕਸ਼ਤਾ। ਇਹ ਚਾਰ ਚੀਜ਼ਾਂ ਦਿੱਤੀਆਂ ਸੰਤ ਨੇ ਤੇ ਕਿਹਾ ਚਲੇ ਲੈ ਜਾ। ਮਨ ਕੀ ਆ, ਖਿਆਲਾਂ ਨਾਲ ਭਰਿਆ। ਮਨ ਕੋਈ ਸੁਤੰਤਰ ਚੀਜ਼ ਨਹੀਂ ਆ, ਮਨ ਤਾਂ ਖਿਆਲ ਹੀ ਆ ਬਸ, ਮਾੜੇ ਤੇ ਚੰਗੇ। ਤਾਂ ਇਹਨਾਂ ਚਾਰਾਂ ਦੇ ਨਾਲ ਮਨ ਖਾਲੀ ਕਰਦੇ। ਜਦੋਂ ਮਨ ਖਾਲੀ ਹੋ ਜਾਵੇਗਾ, ਖਿਆਲ ਚੱਲਣੋਂ ਹਟ ਜਾਣਗੇ, ਉਹ ਜਿਹੜੀ ਖਾਲੀ ਥਾਂ ਹੋਊਗੀ ਉਹ ਕੀ ਹੋਊਗੀ, ਆਤਮਾ। ਉਹ ਕੀ ਹੋਊਗੀ, ਪਰਮਾਤਮਾ। ਤਾਂ ਗੋਦਾਮ ਚੋਂ ਮਾਲ ਕੱਢ ਬਾਹਰ ਪਹਿਲਾਂ, ਫਿਰ ਗੋਦਾਮ ਲੱਭੂਗਾ। ਤਾਂ ਮਨ ਚੋਂ ਸਾਰੇ ਖਿਆਲ ਪਾਸੇ ਕਰ ਦੋ, ਚੰਗੇ ਮਾੜੇ। ਜਿਹੜਾ ਖਾਲੀ ਥਾਂ ਦੇਖਣ ਵਾਲਾ ਵਾ ਉਹ ਕੀ, ਆਤਮਾ। ਤਾਂ ਪ੍ਰਤੱਖ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਜਿਹੜਾ ਬਾਹਰਲੀਆਂ ਅੱਖਾਂ ਨਾਲ ਦੇਖਦਾ, ਇੱਕ ਪ੍ਰਤੱਖ ਇੱਦਾਂ ਦਾ ਹੁੰਦਾ ਜਿਹੜਾ ਮਹਿਸੂਸ ਹੁੰਦਾ, ਜਿਵੇਂ ਸਿਰ ਪੀੜ ਹੁੰਦੀ ਆ, ਮੇਰੇ ਮੇਰੀ ਜਾਨ ਨਿਕਲਦੀ ਆ, ਪਰ ਦੂਜੇ ਨੂੰ ਨਹੀਂ ਦੱਸ ਸਕਦੇ ਆ। ਉਹ ਕੀ ਹੋ ਗਿਆ, ਅਨੁਮਾਨ ਪ੍ਰਮਾਣ। ਇੱਕ ਪ੍ਰਤੱਖ ਹੁੰਦਾ ਵਾ, ਉਹ ਕੀ ਹੁੰਦਾ, ਸ਼ਾਸਤਰ ਪ੍ਰਮਾਣ। ਜਿਵੇਂ ਸਵਰਗ ਤੇ ਨਰਕ ਵੇਖੇ ਆ ਕਿਸੇ ਨੇ, ਪਰ ਨਹੀਂ, ਅਸੀਂ ਉਹ ਤੇ ਯਕੀਨ ਕਰਦੇ ਹਾਂ, ਕਿਉਂ, ਸਾਡੇ ਧਾਰਮਿਕ ਗ੍ਰੰਥਾਂ ਚ ਲਿਖੇ। ਹੁਣ ਨਾ ਤੇ ਉਹ ਅੱਖਾਂ ਨਾਲ ਹੀ ਦੇਖਦੇ ਆ ਸਵਰਗ ਨਰਕ, ਤੇ ਨਾ ਉਹ ਮਹਿਸੂਸ ਹੀ ਹੁੰਦੇ ਆ। ਜਿਵੇਂ ਸਿਰ ਪੀੜ ਮਹਿਸੂਸ ਹੁੰਦੀ ਹੈ, ਦੁੱਖ ਸੁੱਖ ਮਹਿਸੂਸ ਹੁੰਦਾ ਹੈ, ਤਾਂ ਇੱਦਾਂ ਨਾ ਹੀ ਉਹ ਮਹਿਸੂਸ ਹੁੰਦੇ। ਉੱਥੇ ਤੀਸਰਾ ਪ੍ਰਮਾਣ ਲੱਗਦਾ, ਉਹ ਕੀ ਆ, ਆਗਮ ਪੁਰਾਣ ਪ੍ਰਮਾਣ, ਵੀ ਜੋ ਧਾਰਮਿਕ ਗ੍ਰੰਥ ਕਹਿੰਦੇ ਆ ਉਹ ਸੱਤ ਹੈ। ਕਈ ਕੋਟ ਨਰਕ ਸੁਰਗ ਅਵਤਾਰ,
ਜੋ ਗੁਰਬਾਣੀ ਚ ਲਿਖਿਆ ਉਹ ਸੱਤ ਹੈ। ਤਾਂ ਇਸ ਤਰ੍ਹਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਕੋਈ ਚੀਜ਼ ਰੂਪ ਰੰਗ ਰੇਖਾ ਜੇ ਦਿਖੇ ਤਾਂ ਉਹਦਾ ਕੋਈ ਵਰਣਨ ਕਰੇ। ਤਾਂ ਮਹਾਰਾਜ ਕਲਗੀਧਰ ਕਹਿੰਦੇ ਨੇ ਕਿ ਜਿਸ ਪਰਮੇਸ਼ਰ ਦੇ ਰੂਪ ਰੰਗ ਨੂੰ ਕੋਈ ਜਾਣ ਹੀ ਨਹੀਂ ਸਕਦਾ, ਜਾਤ ਪਾਤ ਨੂੰ ਕੋਈ ਜਾਣ ਹੀ ਨਹੀਂ ਸਕਦਾ, ਕਿਹ ਜੇਬ ਉਹਦੀ ਸੋਭਾ ਕਿੰਨੀ ਕਾ, ਉਹਦੀ ਵਡਿਆਈ ਕਿੰਨੀ ਕਾ, ਇਹ ਕਿਸ ਤਰ੍ਹਾਂ ਕੋਈ ਕਰ ਸਕਦਾ। ਇਹ ਤਾਂ ਬਸ ਜਿਸ ਤਨ ਲੱਗੇ ਸੋਈ ਜਾਣ, ਜਿਵੇਂ ਜਿਹਦੇ ਸਰੀਰ ਨੂੰ ਕੋਈ ਰੋਗ ਲੱਗਾ ਉਹਦੇ ਦੁੱਖ ਨੂੰ ਉਹੀ ਜਾਣਦਾ। ਇਸੇ ਤਰ੍ਹਾਂ ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਇਹ ਉਹੀ ਜਾਣਦਾ ਹੈ, ਹੋਰ ਕਿਸੇ ਨੂੰ ਇਹ ਚੀਜ਼ ਦਿਖਾਈ ਨਹੀਂ ਜਾ ਸਕਦੀ, ਵਿਖਾਵਾ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਗੁਰਬਾਣੀ ਕਹਿੰਦੀ ਨਾ ਜਿਨ ਹਰ ਪਾਇਓ, ਉਹਨਾਂ ਨੇ ਵਾਹਿਗੁਰੂ ਨੂੰ ਛਪਾ ਕੇ ਰੱਖਿਆ, ਜਾਂ ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਉਹਦਾ ਭਾਵ ਆ ਵੀ ਇਹ ਚੀਜ਼ ਸ਼ੋਅ ਆਫ ਨਹੀਂ ਤੁਸੀਂ ਕਰ ਸਕਦੇ। ਤਾਂ ਮਹਾਰਾਜ ਫਰਮਾਉਂਦੇ ਹਨ ਵੀ ਉਹਦੀ ਸੋਭਾ ਕਿਸ ਤਰ੍ਹਾਂ ਵਰਣਨ ਕੀਤੀ ਜਾ ਸਕਦੀ ਹੈ, ਜਿਹਦਾ ਰੂਪ ਰੰਗ ਹੀ ਨਹੀਂ ਜਾਣਿਆ ਜਾ ਸਕਦਾ, ਜਾਤ ਪਾਤ ਹੀ ਨਹੀਂ ਜਾਣੀ ਜਾ ਸਕਦੀ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ। ਹੇ ਅਕਾਲ ਪੁਰਖ ਜੀ, ਤੇਰਾ ਸਰੂਪ ਐਸਾ ਅਸਚਰਜ ਹੈ ਕਿ ਤਾਤ ਮਾਤ ਨਾ ਜਾਤ ਜਾ ਕਰ। ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਾਕਰ, ਜਿਸ ਦਾ ਤਾਤ ਮਾਤ ਪਿਤਾ ਤੇ ਮਾਤਾ, ਔਰ ਜਾਤ ਜਾਤੀ ਇਹ ਕੁਝ ਵੀ ਉਹਦੇ ਉੱਤੇ ਲਾਗੂ ਨਹੀਂ ਹੁੰਦਾ, ਨਾ ਕੋਈ ਉਹਦਾ ਮਾਤਾ ਹੈ, ਨਾ ਕੋਈ ਉਹਦਾ ਪਿਤਾ ਹੈ, ਨਾ ਕੋਈ ਉਹਦੀ ਜਾਤੀ ਹੈ। ਇਹ ਸਾਰੀਆਂ ਚੀਜ਼ਾਂ ਸਰੀਰ ਜੰਮਣ ਤੋਂ ਬਾਅਦ ਲਾਗੂ ਹੁੰਦੀਆਂ। ਜਦੋਂ ਸਰੀਰ ਹੀ ਨਹੀਂ ਆ ਤਾਂ ਨਾ ਕੋਈ ਜਾਤ ਹੀ ਆ, ਨਾ ਕੋਈ ਮਾਤਾ ਹੀ ਆ, ਨਾ ਕੋਈ ਉਹਦਾ ਪਿਤਾ ਹੀ ਆ। ਤੇ ਉਹ ਵਾਹਿਗੁਰੂ ਪਰਮੇਸ਼ਰ ਜੰਮਣ ਮਰਨ ਤੋਂ ਬਹੀਨ ਰਹਿਤ ਹੈ। ਚੱਕਰ ਬੱਕਰ ਫਿਰੈ ਚੱਤਰ ਚੱਕ ਮਾਨਈ ਪੁਰਤੀਨ। ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰਤੀਨ। ਬੱਕਰ ਕਹਿੰਦੇ ਟੇਢੇ, ਚੱਕਰ ਕਹਿੰਦੇ ਨੇ ਹੁਕਮ ਨੂੰ ਜਾਂ ਮੌਤ ਨੂੰ ਜਾਂ ਹੁਕਮ ਨੂੰ ਜਾਂ ਉਹਦੇ ਭਾਣੇ ਨੂੰ। ਹੇ ਅਕਾਲ ਪੁਰਖ ਜੀ, ਤੇਰਾ ਹੁਕਮ ਰੂਪੀ ਚੱਕਰ ਜਿਹੜਾ ਬੱਕਰ ਬਹੁਤ ਟੇਢਾ ਹੈ, ਵਲਸ ਦੇ ਵਿੱਚ ਆਉਣ ਵਾਲਾ ਨਹੀਂ, ਬਲ ਦੇ ਵਿੱਚ ਆਉਣ ਵਾਲਾ ਨਹੀਂ, ਜਾਂ ਮੌਤ ਰੂਪੀ ਕਾਲ ਰੂਪੀ ਬੱਕਰ ਭਿਆਨਕ ਚੱਕਰ। ਇਹ ਜਿਹੜਾ ਭਿਆਨਕ ਚੱਕਰ ਹੈ, ਮੌਤ ਰੂਪੀ ਕਾਲ ਰੂਪੀ, ਇਹ ਚਾਰਾਂ ਦਿਸ਼ਾਂ ਵਿੱਚ ਫਿਰ ਰਿਹਾ ਹੈ, ਜਿਸ ਨੂੰ ਤਿੰਨੇ ਲੋਕ ਮੰਨਦੇ। ਇਸ ਤੇਰੇ ਬੱਕਰ ਚੱਕਰ ਤੋਂ, ਕਾਲ ਰੂਪੀ ਟੇਢੇ ਚੱਕਰ ਤੋਂ, ਭਿਆਨਕ ਚੱਕਰ ਤੋਂ ਕੋਈ ਵੀ ਨਹੀਂ ਬਚ ਸਕਦਾ, ਭਾਵ ਮੌਤ ਨੂੰ ਕੋਈ ਵੀ ਨਹੀਂ ਜਿੱਤ ਸਕਦਾ। ਮੌਤ ਇੱਕ ਐਸੀ ਚੀਜ਼ ਹੈ ਜਾਂ ਤੇਰੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਜਾ ਸਕਦਾ। ਤੇਰਾ ਹੁਕਮ ਰੂਪੀ ਚੱਕਰ ਹਰ ਜਗ੍ਹਾ ਤੇ ਵਰਤ ਰਿਹਾ ਹੈ, ਔਰ ਸੰਸਾਰ ਨੂੰ ਆਪਣੇ ਨਿਯਮ ਦੇ ਵਿੱਚ ਉਹ ਚਲਾ ਰਿਹਾ ਹੈ। ਲੋਕ ਚੌਧੇ ਕੇ ਬਿਖੈ ਜਗ ਜਾਪ ਹੀ ਜਿਹ ਜਾਪ। ਜਿਸ ਵਾਹਿਗੁਰੂ ਜੀ ਦੇ ਜਾਪ ਨੂੰ, ਜਪ ਨੂੰ, ਨਾਮ ਨੂੰ ਚੌਦਾਂ ਲੋਕਾਂ ਵਿੱਚ ਜਿੰਨੇ ਵੀ ਜੀਵ ਨੇ ਉਹ ਸਾਰੇ ਜਪਦੇ, ਸਾਰੇ ਆਰਾਧਦੇ ਨੇ, ਮੰਨਦੇ ਨੇ, ਧਿਆਉਂਦੇ ਹਨ। ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ। ਜਿਸ ਵਾਹਿਗੁਰੂ ਜੀ ਦਾ ਆਦ ਮੁੱਢ ਕੋਈ ਜਾਣ ਨਹੀਂ ਸਕਦਾ, ਉਹ ਸਭ ਦਾ ਆਦ ਹੈ, ਮੁੱਢ ਰੂਪ ਹੈ, ਆਦ ਦੇਵ ਹੈ। ਆਦੀ ਦੇਵ ਕਹਿ ਦਿੰਦੇ ਨੇ, ਦੇਵ ਮੈਨੇ ਪ੍ਰਕਾਸ਼ ਰੂਪ, ਮੁੱਢ ਸਰੂਪ। ਫਿਰ ਮੂਰਤੀ ਕਿੱਦਾਂ ਦੀ, ਸਰੂਪ ਕਿੱਦਾਂ ਦਾ ਹੈ ਉਸ ਵਾਹਿਗੁਰੂ ਜੀ ਦਾ? ਅਨਾਦ ਮੂਰਤ ਭਾਵ ਆਦ ਤੋਂ ਰਹਿਤ, ਤੇ ਜਿਸ ਨੇ ਸੰਸਾਰ ਦੀ ਸਾਰੀ ਹੀ
थाप रचना नूं थाप्यो रचिया होया, जिसने संसार की रचना जिहड़ी है ओ सारी बनाई हुई है। परम रूप पुनीत मूरत पूर्ण पुरख अपार, ओ अकाल पुरख दा रूप जेड़ा है ओ माया तो पार परे है, अते अत्यंत ही पुनीत पवित्र मूर्त स्वरूप है। बहुत ही जदों पवित्रता किसी विच आवेगी, बहुत ही कोमलता जदों किसी दे विच आएगी, बहुता प्रेम जदों किसी विच आवेगा, निष्काम प्रेम, तां फिर उहदी प्राप्ति मन्नी जांदी है। क्यों पिछे भी आया सी ना वी अपने जत्र तत्र दिशा विशा होए फैलियो अनुराग। पवित्र मूर्ति है, पुनीत मूर्ति है, जिहदे विच किसे प्रकार की मैल नहीं। इहो जिहा जदों प्रेम होवे तां मनना चाहीदा है कि वाहिगुरु हाजर है। निष्काम भाव होवे, मैल तो रहत होवे। संसारक प्रेम जिहड़ा इहदे विच मैल है, मतलब प्रेम तां इह भी है, अरे मतलब ते खलोता, इहदे विच मैल रहिंदी है थोड़ी बहुती। हुण उत्तों उत्तों ते असीं सारे कहिंदे आं वी रब सब तों वड्डा वा, परमेश्वर सब तों वड्डा, पर अंदरों किते छिपी होई आवाज आउंदी आ, नहीं नहीं पैसे तों बिना वी काम नहीं चलदा। उत्तों कहिंदे आ रब सब तों वड्डा, पर अंदर की कहिंदा साडा, नहीं 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 पैसे तों बिना गड्डी नहीं चलनी, पैसा भी जरूरी है। ਤਾਂ ਸਾਡਾ 100% ਵਾਹਿਗੁਰੂ ਤੇ ਭਰੋਸਾ ਨਹੀਂ ਬਹਿਦਾ। ਜਿਹੜਾ ਪੰਜਵੇਂ ਪਾਤਸ਼ਾਹ ਦਾ ਇੱਕ ਪਵਿੱਤਰ ਸ਼ਬਦ ਹੈ, ਮਹਾਰਾਜ ਜੀ ਨੇ ਉਚਾਰਨ ਕੀਤਾ, ਪਰਮੇਸ਼ਰ ਦਿੱਤਾ ਬੰਨਾ, ਉਹਦੇ ਜਿਹੜੇ ਅਰਥ ਕੀਤੇ ਨਾ ਸੰਤਾਂ ਨੇ ਕਈ ਕੀਤੇ, ਬੰਨਾ ਨਾਮ ਪੁੱਤਰ ਦਾ ਵੀ ਆ, ਬੰਨਾ ਨਾਮ ਆਸਰੇ ਦਾ ਵੀ। ਤਾਂ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤਾਂ ਨੇ ਜਿਹੜੇ ਉਹਦੇ ਅਰਥ ਕੀਤੇ, ਉਹ ਇਸ ਤਰ੍ਹਾਂ ਕੀਤੇ ਆ ਵੀ ਜਿਨ੍ਹਾਂ ਨੂੰ ਬੰਨੇ ਦਾ ਉਹਨਾਂ ਅਰਥ ਕੀਤਾ, ਨਿਸ਼ਚਾ ਯਕੀਨ, ਜਿਹਨੂੰ ਪਰਮੇਸ਼ਰ ਜਿਸ ਨਿਸ਼ਚਾ ਰੂਪ ਯਕੀਨ ਰੂਪ ਬੰਨਾ ਦੇਵੇ, ਦੁੱਖ ਰੋਗ ਕਾ ਡੇਰਾ ਪੰਨਾ, ਉਹਨਾਂ ਦੇ ਫਿਰ ਦੁੱਖ ਰੋਗ ਦੇ ਡੇਰੇ ਭੰਨ ਦਿੰਦਾ ਹੈ ਵਾਹਿਗੁਰੂ, ਗਿਆਨ ਖਤਮ ਕਰ ਦਿੰਦਾ। ਤਾਂ ਪਰਮੇਸ਼ਰ ਦਾ ਸਰੂਪ ਕੀ ਆ? ਪ੍ਰੇਮ, ਪਵਿੱਤਰਤਾ, ਜਿੱਥੇ ਮੈਲ ਨਹੀਂ ਹੈਗੀ, ਜਿੱਥੇ ਵਿਕਾਰ ਨਹੀਂ ਹੈਗਾ। ਜਿਵੇਂ ਇੱਕ ਆਪਣੇ ਕਿਸੇ ਸੱਜਣ ਨੇ, ਪ੍ਰੋਫੈਸਰ ਨੇ ਸਵਾਲ ਕੀਤਾ ਕਲਾਸ ਦੇ ਵਿੱਚ ਵੀ ਇਹ ਸਾਰੀ ਸ੍ਰਿਸ਼ਟੀ ਕਿਸ ਨੇ ਬਣਾਈ ਆ? ਤਾਂ ਇੱਕ ਵਿਦਿਆਰਥੀ ਨੇ ਹੱਥ ਖੜਾ ਕੀਤਾ, ਜੀ ਜਵਾਬ ਦਵਾਂ, ਜਿੱਦਾਂ ਕਲਾਸਾਂ ਚੱਲਦਾ। ਪ੍ਰੋਫੈਸਰ ਸਾਹਿਬ ਨੇ ਆਖਿਆ ਜੀ ਦੋ, ਤਾਂ ਉਹਨੇ ਬੜੇ ਚਾਅ ਨਾਲ ਆਖਿਆ ਕਿ ਮਹਾਰਾਜ, ਪ੍ਰੋਫੈਸਰ ਸਾਹਿਬ, ਸਭ ਕੁਝ ਰੱਬ ਨੇ ਬਣਾਇਆ। ਪ੍ਰੋਫੈਸਰ ਤੇ ਅੱਗੇ ਹੀ ਜਾਲ ਸੁੱਟੀ ਬੈਠਾ ਸੀ ਸ਼ੈਤਾਨ, ਤੇ ਉਹ ਧਰਮ ਦੀ ਭੰਡੀ ਕਰਦਾ ਸੀ। ਉਹਨੇ ਵੇਖਿਆ ਵੀ ਵਿਦਿਆਰਥੀ ਫਸ ਚੁੱਕਾ ਵਾ, ਵਿਦਿਆਰਥੀ ਤੇ ਭੋਲਾ ਸੀ। ਉਹਨੇ ਆਖਿਆ ਜੇ ਸਭ ਕੁਝ ਰੱਬ ਨੇ ਬਣਾਇਆ ਤੇ ਬੁਰਿਆਈ ਕਿਹਨੇ ਬਣਾਈ? ਫਸ ਗਿਆ, ਪਹਿਲਾਂ ਕਹਿ ਬੈਠਾ ਸਭ ਕੁਝ ਰੱਬ ਨੇ ਬਣਾਇਆ, ਅਗਲੇ ਨਿਕਲ ਦਿੰਦੇ ਆ ਕਿਤੇ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੱਕੇ ਗਏ, ਉਹਨਾਂ ਨੇ ਸਵਾਲ ਕੀਤਾ, ਮਹਾਰਾਜ ਹਿੰਦੂ ਵੱਡਾ ਕਿ ਮੁਸਲਮਾਨ? ਵੀ ਜੇ ਕਹਿਣਗੇ ਹਿੰਦੂ ਵੱਡਾ ਵਾ, ਇੱਕ ਨੂੰ ਤੇ ਕਹਿਣਾ ਹੀ ਪਊਗਾ ਨਾ, ਦੋਵੇਂ ਬੰਨੇ ਖੂਹ ਹੀ ਆ, ਜਿਹੜੇ ਮਰਜ਼ੀ ਬੰਨੇ ਹੋ ਜਾ। ਜੇ ਕਹਿਣਗੇ ਹਿੰਦੂ ਵੱਡਾ ਤੇ ਅਸੀਂ ਕਵਾਂਗੇ ਫਿਰ ਇੱਥੇ ਕੀ ਲੈਣਾ ਹੈ, ਕਾਹਦੇ ਵਾਸਤੇ ਆਏ ਇੱਥੇ? ਅੱਛਾ ਜੇ ਕਹਿਣਗੇ ਮੁਸਲਮਾਨ ਵੱਡਾ ਵਾ ਫਿਰ ਵੀ ਖੂਹ ਹੀ ਆ, ਫਿਰ ਕਹਿਣਾ ਆਓ ਬਹੁ ਨਾਲ ਖਾਓ, ਫਿਰ ਪੜ੍ਹੋ ਕਲਮਾ, ਛੱਡੋ ਧਰਮ ਆਪਣਾ,
ਤਾਂ ਸਵਾਲ ਕਰਨ ਵਾਲਾ ਇਹੋ ਜਿਹਾ ਸਵਾਲ ਕਰਦਾ ਵਾ ਵੀ ਦੋਵੇਂ ਬੰਨੇ ਖੂਹ ਹੀ ਆ, ਕਿਹੜੇ ਬੰਨੇ ਡਿੱਗਣਾ ਦੱਸ। ਤੇ ਜਿਹੜੇ ਸਵਾਲ ਕਰਨ ਵਾਲੇ ਬੜੇ ਬੇਈਮਾਨ ਹੁੰਦੇ, ਇਹ ਅੱਧੀ ਗੱਲ ਢਿੱਡ ਚ ਲੁਕੋ ਕੇ ਅੱਧੀ ਬਾਹਰ ਦੱਸਦੇ ਵੀ ਪਹਿਲਾਂ ਬੰਦਾ ਫਸ ਜੇ ਤੇ ਫਿਰ ਪੂਰੀ ਦੱਸਾਂਗੇ। ਪਰ ਉਹ ਕੌਣ ਸੀ? ਜਗਤ ਗੁਰੂ ਪਰਮੇਸ਼ਰ ਆਪ ਨਾਰਾਇਣ। ਉਹਨਾਂ ਨੇ ਇਹੋ ਜਿਹਾ ਜਵਾਬ ਦਿੱਤਾ, ਦੋਵਾਂ ਦੇ ਮੂੰਹ ਬੰਦ ਹੋ ਗਏ। ਉਹ ਕਹਿੰਦੇ ਸ਼ੁਭ ਕਰਮਾਂ ਬਾਜੋਂ ਦੋਨੋਂ ਲੋਈ, ਨਾ ਹਿੰਦੂ ਮਾੜਾ ਨਾ ਮੁਸਲਮਾਨ ਮਾੜਾ, ਜਿਹਦੀ ਕਰਤੂਤ ਮਾੜੀ ਆ ਉਹ ਸਾਰੇ ਮਾੜੇ, ਨਾ ਹਿੰਦੂ ਚੰਗਾ ਨਾ ਮੁਸਲਮਾਨ ਚੰਗਾ, ਜਿਹਦੀ ਕਰਤੂਤ ਚੰਗੀ ਆ ਕਰਮ ਚੰਗੇ ਉਹ ਸਾਰੇ ਹੀ ਚੰਗੇ ਆ, ਨਹੀਂ ਤੇ ਹਿੰਦੂਆਂ ਘਰ ਜੰਮ ਕੇ ਹਿੰਦੂ ਚੰਗੇ ਨਹੀਂ, ਮੁਸਲਮਾਨਾਂ ਘਰ ਜੰਮ ਕੇ ਮੁਸਲਮਾਨ ਚੰਗੇ ਨਹੀਂ, ਜਿਹਦੇ ਕੰਮ ਚੰਗੇ ਨੇ ਉਹ ਬੰਦੇ ਚੰਗੇ ਨੇ, ਹੋਰ ਕੋਈ ਚੰਗਾ ਨਹੀਂ। ਤੇ ਇਹਨਾਂ ਕਰਮਾਂ ਕਰਕੇ ਪਰਮੇਸ਼ਰ ਦੀ ਹਜ਼ੂਰੀ ਹੈ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਜਿਹਦੇ ਚੰਗੇ ਨੇ ਉਹ ਨੇੜੇ ਹੈ, ਜਿਹਦੇ ਮਾੜੇ ਨੇ ਉਹ ਦੂਰ। ਹੁਣ ਇਹੋ ਜਿਹਾ ਸਵਾਲ ਪ੍ਰੋਫੈਸਰ ਸਾਹਿਬ ਨੇ ਇੱਕ ਬੱਚੇ ਨੂੰ ਸਵਾਲ ਕੀਤਾ, ਦੁਨੀਆਂ ਕਿੰਨੇ ਬਣਾਈ ਆ, ਸਭ ਕੁਝ ਕਿੰਨੇ ਬਣਾਇਆ। ਉਹਨੇ ਵਿਚਾਰੇ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ, ਰੱਬ ਨੇ ਬਣਾਇਆ। ਉਹਨੇ ਫਿਰ ਘੇਰ ਲਿਆ, ਕਹਿੰਦਾ ਬਰਿਆ ਵੀ ਰੱਬ ਨੇ ਬਣਾਈ, ਸ਼ਰਾਬ ਵੀ ਫਿਰ ਰੱਬ ਨੇ ਬਣਾਈ, ਜਦ ਸਭ ਕੁਝ ਰੱਬ ਨੇ ਬਣਾਇਆ, ਚੋਰੀ ਵੀ ਰੱਬ ਨੇ ਬਣਾਈ, ਯਾਰੀ ਵੀ ਰੱਬ ਨੇ ਬਣਾਈ, ਧੋਖਾ ਵੀ ਰੱਬ ਨੇ ਬਣਾਈ, ਕਾਮ ਕ੍ਰੋਧ ਕਾ ਚੋਲੜਾ ਇਹ ਵੀ ਤੇ ਰੱਬ ਨੇ ਬਣਾਇਆ। ਫਿਰ ਸਭ ਕੁਝ ਕਹਿਣ ਤੋਂ ਭਾਵ ਜੋ ਬੁਰਿਆਈ ਆ ਮਾੜੀਆਂ ਚੀਜ਼ਾਂ, ਜਦੋਂ ਸਭ ਕੁਝ ਰੱਬ ਨੇ ਬਣਾਇਆ ਤੇ ਮਾੜਾ ਵੀ ਤੇ ਫਿਰ ਰੱਬ ਨੇ ਬਣਾਇਆ। ਵਿਦਿਆਰਥੀ ਚੁੱਪ ਹੋ ਕੇ ਬਹਿ ਗਿਆ। ਉੱਥੇ ਕਹਿੰਦੇ ਇੱਕ ਬੜਾ ਲਾਇਕ ਵਿਦਿਆਰਥੀ ਬੈਠਾ, ਉਹਨੇ ਹੱਥ ਖੜਾ ਕਰਕੇ ਆਖਿਆ, ਜੇ ਹਜ਼ੂਰ ਪ੍ਰੋਫੈਸਰ ਸਾਹਿਬ ਦੀ ਆਗਿਆ ਹੋਵੇ ਤੇ ਮੈਂ ਬੋਲਾਂ। ਕਹਿੰਦੇ ਜੀ ਬੋਲੋ। ਪ੍ਰੋਫੈਸਰ ਦਾ ਇਰਾਦਾ ਵੀ ਪਹਿਲੇ ਨੇ ਬੇਇੱਜ਼ਤੀ ਕਰਾਈ, ਤੂੰ ਵੀ ਕਰਾ ਲਾ। ਉਹ ਕਹਿਣ ਲੱਗਾ, ਜੀ ਮੇਰਾ ਸਵਾਲ ਇਹ ਹੈ, ਦੂਸਰਾ ਵਿਦਿਆਰਥੀ ਖੜਾ ਹੋਇਆ ਜਿਹੜਾ ਬਹੁਤ ਵੱਡਾ ਸਾਇੰਟਿਸਟ ਬਣਿਆ ਬਾਅਦ ਚ, ਪਰ ਕਮਾਲ ਦਾ ਬੰਦਾ ਸੀ, ਵੀ ਸਾਇੰਟਿਸਟ ਵੀ ਸੀ ਪਰ ਰੱਬ ਤੇ ਯਕੀਨ ਵਾਲਾ ਵੀ ਸੀ। ਦੂਸਰੇ ਵਿਦਿਆਰਥੀ ਨੇ ਆਖਿਆ, ਮਹਾਰਾਜ ਮੇਰਾ ਸਵਾਲ ਇਹ ਹੈ, ਇਹ ਕਦੀ ਠੰਡ ਵੇਖੀ ਆ ਤੁਸੀਂ? ਪ੍ਰੋਫੈਸਰ ਕਹਿੰਦਾ, ਤੂੰ ਬੇਵਕੂਫ ਆ, ਪਾਗਲ ਆ, ਮੂਰਖ ਆ, ਵੀ ਤੈਨੂੰ ਕਦੀ ਜ਼ੁਕਾਮ ਨਹੀਂ ਹੋਇਆ, ਤੈਨੂੰ ਕਦੀ ਲੱਗੀ ਨਹੀਂ ਆ, ਤੇਰੀਆਂ ਕਦੀਆਂ ਬਾਹਾਂ ਨਹੀਂ ਕੰਬੀਆਂ, ਤੇਰਾ ਕਦੀ ਸਰੀਰ ਨਹੀਂ ਕੰਬਿਆ, ਤੂੰ ਕਦੀ ਮੋਟੇ ਕੱਪੜੇ ਨਹੀਂ ਪਾਏ? ਕਹਿੰਦਾ, ਮਹਾਰਾਜ ਇਹ ਗੱਲ ਨਹੀਂ, ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇ, ਕੋਟੀਆਂ ਨਾ ਮੈਨੂੰ ਉਡਾ, ਰਜਾਈਆਂ ਦੀ ਗੱਲ ਨਾ ਕਰ ਮੈਨੂੰ, ਵੀ ਠੰਡ ਕਦੀ ਦੇਖੀ ਹੈ? ਉਹ ਕਹਿੰਦਾ, ਵੀ ਤੁਹਾਡੇ ਤਜਰਬੇ ਚ ਨਹੀਂ ਆਈ, ਫੀਲ ਨਹੀਂ ਹੋਈ ਕਦੀ? ਕਹਿੰਦਾ, ਪ੍ਰੋਫੈਸਰ ਸਾਹਿਬ ਲਾ ਆਫ ਫਿਜ਼ਿਕਸ, ਭੌਤਿਕ ਵਿਗਿਆਨ ਅਨੁਸਾਰ ਸਾਇੰਸ ਮੁਤਾਬਕ ਠੰਡ ਨਾਂ ਦੀ ਚੀਜ਼ ਹੀ ਕੋਈ ਨਹੀਂ। ਗਰਮੀ ਦੀ ਅਣਹੋਂ ਦੀ ਠੰਡ, ਜਿੱਥੇ ਗਰਮੀ ਨਹੀਂ ਉੱਥੇ ਠੰਡ। ਸਾਇੰਸ ਮੁਤਾਬਕ ਅਸੀਂ ਗਰਮੀ ਦੀ ਪੜ੍ਹਾਈ ਕਰਦੇ ਹਾਂ ਤੇ ਗਰਮੀ ਦੀ ਅਣਹੋਂਦ ਨੂੰ ਅਸੀਂ ਠੰਡ ਮੰਨਦੇ। ਵਿਦਿਆਰਥੀ ਨੇ ਆਖਿਆ, ਜੀ ਦੂਜਾ ਸਵਾਲ ਮੇਰਾ, ਹਨੇਰਾ ਵੇਖਿਆ ਕਦੀ? ਪ੍ਰੋਫੈਸਰ ਕਹਿੰਦਾ, ਤੂੰ ਪਾਗਲ ਆ। ਉਹ ਕਹਿੰਦਾ, ਮੈਂ ਪਾਗਲ ਨਹੀਂ, ਮੈਂ ਫਿਜ਼ਿਕਸ ਦੀ ਗੱਲ ਕਰ ਰਿਹਾ, ਕਰ ਮੇਰੇ ਨਾਲ ਆ। ਵੀ ਭੌਤਿਕ ਵਿਗਿਆਨ ਮੁਤਾਬਕ ਹਨੇਰਾ ਵੇਖਿਆ ਤੂੰ ਕਦੀ? ਉਹ ਕਹਿੰਦਾ, ਤੂੰ ਨੀ ਕਿਤੇ ਰਾਤ ਨਿਕਲਿਆ, ਤੁਹਾਡੇ ਨੀ ਕਦੀ ਬੱਤੀ ਗਈ? ਉਹ ਕਹਿੰਦਾ, ਸਾਇੰਸ ਮੁਤਾਬਕ ਹਨੇਰੇ ਨਾਂ ਦੀ ਚੀਜ਼ ਹੀ ਕੋਈ ਨਹੀਂ, ਰੋਸ਼ਨੀ ਦੀ ਅਣਹੋਂ ਦੀ ਹਨੇਰਾ। ਇੱਕ ਦੀਵਾ ਬਲੇ ਤੇ ਕਿੱਥੇ ਗਿਆ ਤੇਰਾ ਹਨੇਰਾ, ਜਿਹਨੂੰ ਤੂੰ ਕਹਿੰਦਾ ਹਨੇਰੇ ਨਾਮ ਦਾ ਪਦਾਰਥ ਹੀ ਕੋਈ ਨਹੀਂ। ਇਹ ਸਾਇੰਸ ਦੇ ਭੌਤਿਕ ਵਿਗਿਆਨ ਮੁਤਾਬਕ ਆ, ਹੋਰ ਵੀ ਫਿਲਾਸਫੀਆਂ ਆਉਂਦੀਆਂ ਅੱਡ ਅੱਡ, ਇੱਥੇ ਸਾਇੰਸ ਦੀ ਗੱਲ ਚੱਲ ਰਹੀ ਹੈ, ਭੌਤਿਕ ਵਿਗਿਆਨ ਫਿਜ਼ਿਕਸ ਦੀ ਗੱਲ ਚੱਲ ਰਹੀ ਹੈ।
ਇਹ ਦੋ ਸਵਾਲ ਕਰਕੇ ਉਹ ਵਿਦਿਆਰਥੀ ਕਹਿਣ ਲੱਗਾ ਹੁਣ ਮੈਨੂੰ ਦੱਸ ਵੀ ਬਰਿਆਈ ਹੈਗੀ ਆ। ਉਹ ਕਹਿੰਦਾ ਤੂੰ ਕਹਿਣਾ ਕੀ ਚਾਹਨਾ, ਕਹਿੰਦਾ ਤੂੰ ਸਵਾਲ ਕੀਤਾ ਇਹ ਪ੍ਰੋਫੈਸਰ ਵੀ ਜਦੋਂ ਸਭ ਕੁਝ ਰੱਬ ਨੇ ਬਣਾਇਆ ਤੇ ਬਰਿਆਈ ਚੋਰੀ ਯਾਰੀ ਠੱਗੀ ਬਲਾਤਕਾਰ ਦੁਨੀਆਂ ਚ ਹੋ ਰਿਹਾ, ਰੱਬ ਕਿੱਥੇ ਸੌ ਗਿਆ, ਇਹੀ ਸਵਾਲ ਕੀਤਾ ਜਾਂਦਾ। ਉਹ ਕਹਿੰਦਾ ਰੋਸ਼ਨੀ ਦੀ ਅਣਹੋਂਦ ਕੀ ਆ ਹਨੇਰਾ, ਗਰਮੀ ਦੀ ਅਣਹੋਂਦ ਕੀ ਆ ਸਰਦੀ, ਤੇ ਪਰਮੇਸ਼ਰ ਦੀ ਬੁਰਿਆਈ। ਜਿੱਥੇ ਪਰਮੇਸ਼ਰ ਨਹੀਂ ਉੱਥੇ ਕੀ ਆ, ਚੋਰੀ ਯਾਰੀ ਠੱਗੀ ਧੋਖੇ ਧੜੀ, ਤੇ ਜਿਸ ਹਿਰਦੇ ਚ ਪਰਮੇਸ਼ਰ ਬੈਠਾ ਵਾ ਉੱਥੇ ਕੀ ਆ, ਪ੍ਰੇਮ ਸਤ ਸੰਤੋਖ ਮਿਠਾਸ। ਤਾਂ ਪਰਮੇਸ਼ਰ ਦੀ ਅਣਹੋਂ ਦੀ ਬੁਰਿਆਈ ਹੈ, ਬੁਰਿਆਈ ਨਾਮ ਦਾ ਕੋਈ ਸਵਤੰਤਰ ਪਦਾਰਥ ਨਹੀਂ ਹੈ। ਤਾਂ ਮਹਾਰਾਜ ਕੀ ਕਹਿੰਦੇ ਨੇ, ਪਰਮੇਸ਼ਰ ਕੀ ਹੈ, ਪੁਨੀਤ ਪਵਿੱਤਰ ਤੋਂ ਪਵਿੱਤਰ। ਪਰਮੇਸ਼ਰ ਕੀ ਹੈ, ਪ੍ਰੇਮ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜਿੱਥੇ ਤੁਹਾਨੂੰ ਪ੍ਰੇਮ ਦੇਖੇ ਨਾ ਉੱਥੇ ਪਰਮੇਸ਼ਰ ਹਾਜ਼ਰ। ਇਸੇ ਕਰਕੇ ਸਿੱਖਾਂ ਨੂੰ ਕੀ ਸਿਖਾਇਆ ਗਿਆ, ਆ ਹੁਣੇ ਮਹੀਨਾ ਪਹਿਲਾਂ ਸਿੱਖਾਂ ਨੂੰ ਅੱਤਵਾਦੀ ਕਹਿੰਦੇ ਸੀ, ਖਾਲਿਸਤਾਨੀ ਕਹਿੰਦੇ ਸੀ, ਹੁਣ ਕੋਰੋਨਾ ਵਾਇਰਸ ਕਰਕੇ ਆਕਸੀਜਨ ਮੁੱਕੀ ਜਾਂਦੀ ਆ। ਆਪਾਂ ਦੇ ਪਿੰਡਾਂ 'ਚ ਰਹਿੰਦੇ ਤਾਂ ਬਚਾ, ਖੁੱਲੇ ਥਾਵਾਂ ਤੇ ਰਹਿੰਦੇ, ਆ ਦਿੱਲੀ ਤੁਸੀਂ ਜਾ ਕੇ ਦੇਖੋ ਏਡਾ ਬੁਰਾ ਹਾਲ ਆ, ਆਕਸੀਜਨ ਦੀ ਕਮੀ ਆ, ਤੇ ਉਹ ਸਿੱਖ ਹੁਣ ਆਕਸੀਜਨ ਵੰਡਦੇ ਫਿਰਦੇ ਜਿਹਨਾਂ ਨੂੰ ਅਜੇ 15 ਦਿਨ ਪਹਿਲਾਂ ਇਹ ਖਾਲਿਸਤਾਨੀ ਕਹਿੰਦੇ ਪਏ। ਤਾਂ ਮਹਾਰਾਜ ਨੇ ਕੀ ਸਿਖਾਇਆ ਸਿੱਖਾਂ ਨੂੰ, ਪ੍ਰੇਮ ਵੰਡੋ ਜਿੰਨਾ ਵੀ ਵੰਡ ਸਕਦੇ। ਤੇ ਮਹਾਰਾਜ ਨੇ ਸਿਖਾਇਆ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਨੌਵੇਂ ਪਾਤਸ਼ਾਹ ਦੀ ਸ਼ਤਾਬਦੀ ਆ ਰਹੀ ਆ, 400 ਸਾਲਾ ਪ੍ਰਕਾਸ਼ ਉਹਨਾਂ ਨੂੰ। ਹੁਣ ਇਹ ਪ੍ਰੇਮ ਹੀ ਆ ਵੀ ਉਹ ਹਿੰਦੂ ਧਰਮ ਵਾਸਤੇ ਸਿਰ ਦੇਣ ਜਾ ਰਹੇ, ਨਹੀਂ ਤੇ ਬੰਦਾ ਕਹਿ ਹੀ ਦਿੰਦਾ ਸਾਨੂੰ ਕੀ, ਸਾਡਾ ਕੀ ਲੈਣਾ ਦੇਣਾ ਉਹਨਾਂ ਨੂੰ। ਇਹ ਕੀ ਆ, ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਪਰਮੇਸ਼ਰ ਦੇ ਜਿਹੜੀ ਵਿਆਖਿਆ ਵਾ ਉਹ ਕੀ ਆ, ਵੀ ਜਿਹੜੀ ਚੀਜ਼ ਸੱਤ ਹਮੇਸ਼ਾ ਰਹੂਗੀ, ਜਿਹੜੀ ਚਿੱਤ ਗਿਆਨ ਸਰੂਪ ਹੈ, ਜਿਹੜੀ ਗਿਆਨ ਕਰਾਉਂਦੀ ਆ। ਹੁਣ ਸਰੀਰ ਅੰਦਰ ਸਵਾਸ ਤਾਂ ਚੱਲਦੇ ਆ, ਜਦੋਂ ਆਪਾਂ ਸੁੱਤੇ ਪਏ ਹੁੰਦੇ ਹਾਂ ਸਵਾਸ ਚੱਲਦੇ ਪਏ, ਸਵਾਸ ਜਾਗਦੇ ਆ, ਚੱਲਦੇ ਦੀ ਜਗ੍ਹਾ ਜਾਗਦੇ ਕਹਿ ਦਈਏ, ਜਾਗਦੇ ਪਏ ਆ, ਚੱਲਦੇ ਪਏ। ਪਰ ਕਦੀ ਸਾਡੇ ਸਵਾਸਾਂ ਨੇ ਆਖਿਆ ਪ੍ਰਾਹੁਣਾ ਆਇਆ ਉੱਠ, ਜਾਂ ਕਦੀ ਆਖਿਆ ਚੋਰ ਆਇਆ ਵਾ ਸਾਵਧਾਨ ਹੋ, ਸਵਾਸ ਚੱਲਦੇ ਪਏ। ਤਾਂ ਸਵਾਸ ਗਿਆਨ ਨਹੀਂ ਆ, ਗਿਆਨ ਸਰੂਪ ਨਹੀਂ ਆ। ਅੰਦਰ ਕੋਈ ਚੀਜ਼ ਆ ਜਿਹੜੀ ਸਾਵਾਂ ਨਾਲੋਂ ਵੀ ਡੂੰਘੀ ਆ, ਜਿਹੜੀ ਗਿਆਨ ਕਰਾਉਂਦੀ ਆ, ਉਹ ਚੋਰ ਆ, ਉਹ ਸਾਧ ਆ, ਉਹਨੂੰ ਕੀ ਕਹਿੰਦੇ, ਗਿਆਨ ਸਰੂਪ। ਇਸੇ ਤਰ੍ਹਾਂ ਆਨੰਦ ਸਰੂਪ, ਜਿੱਥੇ ਆਨੰਦ ਹੈ ਉੱਥੇ ਕੀ ਪਰਮੇਸ਼ਰ ਹੈ, ਜਿੱਥੇ ਗਿਆਨ ਆ ਉੱਥੇ ਕੀ ਪਰਮੇਸ਼ਰ ਹੈ, ਜਿੱਥੇ ਸੱਤ ਆ ਉੱਥੇ ਕੀ ਪਰਮੇਸ਼ਰ ਹੈ, ਜਿੱਥੇ ਪ੍ਰੇਮ ਆ ਉੱਥੇ ਕੀ ਪਰਮੇਸ਼ਰ ਆ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹੋ ਨਾ ਬੁਝੈ ਸੋ ਤਨ ਜਾਣ ਮਸਾਣ। ਜਿਸ ਹਿਰਦੇ ਚ ਬਿਰਹਾ ਨੀ, ਤੜਫ ਨੀ, ਪ੍ਰੇਮ ਨੀ, ਉਹ ਮੜੀਆਂ ਹੋ ਸਕਦੀਆਂ ਨੇ, ਮੁਰਦਾ ਥਾਂ ਹੋ ਸਕਦਾ, ਉੱਥੇ ਰੱਬ ਨਹੀਂ, ਜਿੰਦ ਨਹੀਂ, ਉੱਥੇ ਜਾਨ ਨਹੀਂ। ਗੁਰਬਾਣੀ ਕਹਿੰਦੀ ਆਤਮਾ ਉੱਥੇ ਆ ਜਿੱਥੇ ਤੜਫ, ਜਿੱਥੇ ਪ੍ਰੇਮ ਆ, ਜਿੱਥੇ ਮੁਹੱਬਤ ਆ, ਉੱਥੇ ਆਤਮਾ ਵਾ, ਉੱਥੇ ਪਰਮਾਤਮਾ। ਤਾਂ ਮਹਾਰਾਜ ਫਰਮਾਉਂਦੇ ਨੇ ਪ੍ਰੇਮ ਦੇ ਨਾਲ ਬਹੁਤ ਸੁੰਦਰ ਵਾਹਿਗੁਰੂ ਦੇ ਲਕਸ਼ਣ ਕਰਦੇ, ਪਰਮ ਰੂਪ ਪੁਨੀਤ ਮੂਰਤ। ਸਭ ਤੋਂ ਵੱਡਾ, ਸਭ ਤੋਂ ਸ੍ਰੇਸ਼ਟ ਔਰ ਪੁਨੀਤ ਮੂਰਤ, ਪਵਿੱਤਰ ਮੂਰਤੀ, ਸਭ ਤੋਂ ਵੱਧ ਪਵਿੱਤਰ, ਪੂਰਨ ਪੁਰਖ, ਅਪਾਰ ਅਪਾਰ, ਜਿਹਦਾ ਦੇਸ਼ ਕਾਲ ਵਸਤੂ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ, ਜਿਹੜਾ ਹਰ ਥਾਂ ਤੇ ਬੈਠਾ ਹੋਇਆ। ਔਰ ਫਿਰ ਕਮਾਲ ਦੀ ਗੱਲ ਇਹ ਹੈ ਕਿ ਪਰਮ ਦਾ ਅਰਥ ਮਹਾਂਪੁਰਸ਼ ਇੱਦਾਂ ਕਰਦੇ ਨੇ, ਪਰ ਵੱਖਰਾ ਕਰਕੇ, ਮਾਂ ਸ਼ਬਦ ਵੱਖਰਾ ਕਰਕੇ, ਪਰ ਮੈਨੇ ਪਰੇ,
ਮਾਂ ਮੈਨੇ ਮਾਇਆ ਤੋਂ ਮੈਲ ਤੋਂ ਜਿਹੜਾ ਪਰੇ ਆ ਗੰਦਗੀ ਤੋਂ ਪਰੇ ਆ ਵਿਕਾਰਾਂ ਤੋਂ ਪਰੇ ਆ ਉਹ ਕੀ ਹੋ ਗਿਆ ਪਰਮ ਤਾਂ ਮਾਇਆ ਤੋਂ ਪਰੇ ਅਤਿਅੰਤ ਪਵਿੱਤਰ ਮੂਰਤੀ ਸਰੂਪ ਹਰ ਤਰ੍ਹਾਂ ਕਰਕੇ ਪੂਰਨ ਪੁਰਖ ਜਿਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਐਸਾ ਵਾਹਿਗੁਰੂ ਪਰਮੇਸ਼ਰ ਹੈ ਸਰਬ ਵਿਸ਼ਵ ਰਚਿਓ ਸਵੈ ਭਵ ਗੜਨ ਭੰਜਨ ਹਾਰ ਜਿਸ ਵਾਹਿਗੁਰੂ ਪਰਮੇਸ਼ਰ ਜੀ ਨੇ ਵਿਸ਼ਵ ਸੰਸਾਰ ਨੂੰ ਇੱਕ ਫੁਰਨੇ ਮਾਤਰ ਦੇ ਨਾਲ ਰਚ ਦਿੱਤਾ ਹੈ ਜਦਕਿ ਆਪ ਸਵੈ ਭਵ ਹੈ ਸੁਤੇ ਸਿੱਧ ਪ੍ਰਕਾਸ਼ ਰੂਪ ਹੈ ਕਿਸੇ ਦਾ ਰਚਿਆ ਨਹੀਂ ਆਪ ਕਿਸੇ ਦਾ ਬਣਾਇਆ ਨਹੀਂ ਪਰ ਆਪਣੇ ਫੁਰਨੇ ਦੇ ਨਾਲ ਇੱਛਾ ਨਾਲ ਇੱਕ ਖਿਣ ਚ ਸੰਸਾਰ ਰਚ ਦਿੱਤਾ ਤੇ ਫਿਰ ਸਾਰੇ ਸੰਸਾਰ ਨੂੰ ਗੜਨ ਰਚ ਕੇ ਭੰਜਨ ਹਾਰ ਨਾਸ ਕਰਨ ਵਾਲਾ ਹੈ ਵਿਨਾਸ਼ ਕਰਨ ਵਾਲਾ ਹੈ ਹੇ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ ਹੋਰ ਕੌਣ ਹੋ ਸਕਦਾ ਹੈ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸਤਤ ਕਰਦੇ ਨੇ ਮਹਿਮਾ ਕਰਦੇ ਨੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਅੱਗੇ ਵਾਸਤੇ ਸਾਰੀ ਸੰਗਤ ਨੇ ਸੁਮਤ ਬਖਸ਼ਣੀ ਜੀ ਲੇਖੈ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਲੈ ਨਾਨਕ ਪਾਰ ਉਤਾਰ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸਵੈ ਭਵ ਗੜਨ ਭੰਜਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ